शुक्र है दूध भी काट गया है। ओए मेरे अल्लाह रब्बा, चटनी भी बनी पई है। वाह मेरे अल्लाह सोनिया, बुढ़िया अड़िया ना थक जानिया। अल्लाह सोने पुत्र भी दिता ते ओ भी की हो जाए, दे छड़ा जे बोलता तो बिजती कर लेंदा है। मेरे को तो मुड़ नहीं होते नाल आँदी, मेरा तो पुत्र है। मावा दियाँ अंदर कुतियाँ आदियाँ नहीं औलाद नाल कर सकदियाँ। औलाद जड्डी बेवफा होवे दम्मी दाया कोई नहीं, गिरा ना खादा सुन कुछ निकल गया है। जानी हूँ उन्होंने बहरू लाभ लेनी करमा वाले ना नाश्ता कर ला तो मैं भी कर ले गई। हूँ पींदा ही रस कोई वगै से भी है पींदा मैं सुचेंदा है बैठा आज इस बंदे दे मुंह नु तैनू नाल खिड़ाइंदे पया, नहीं तो हूँ रूह ही नहीं करता तैनू नाल खिड़ावन वास्ते। बड़ा कमला हो गया घर दी गल्ला में उस आके मेरे घर दे मसाले ने के तोडे घर दे दसो मेनू दोस्ती दे जे कदन दा जुमला आ गया भी साडा रूह ही नहीं करेंदा ओ वक्त बोल हो रोला कोई नहीं मां ए दी जेड़ी ओनु घर मन कोई नहीं आंदा तमाशा बना लेंदी है। एक बारी नहीं दूई बारी नहीं, ए तेरी अपनी इंसल्ट है, सानू तो कोई नहीं मसला। अस चलो और अपना कार छट सांगे, एक बारी दूई बारी त्री बारी असा तेन कोई नहीं खेडन देना। सीधी गल है जगर ही कार रखनी है ना ते उस इत्थे आ के तमाशा बनाउणा हुंदा साडे नाल वी ना मुंह ना मत्था ते किवें आ देन बगड़ो। अच्छा छोड़ो यार केड़ी गल्लां ते लग गए ओ लेचो ते मैं लल्ला रखण वाला बंदा नहीं हूं। सीधी आ खबाज के कहानी होई मुबशर छोड़ काख नाल भी ओनु घर मन नहीं है। बड़े आंदी मां है गाणी है बड़े गेम खेडो केड़ी गल्ला थे लाग गए अइला के एमे रोला पाई बैठो आए मैं पोतर शहजाद हो मार गया पोतर हुन मोड़ की बने अम्मा हुन त मैं 15 मिनट पहले आया पोतर अम्मा मार गया ये इथे बाओ फातिहा खानी आखिए बड़े चुप कर ओदी तक सुनन दे पोतर तू दम्मे दा निकले आया है रोटी कोई नू खानी वो काई नू लगी ओए अम्मा ते जैसे लोई ओसल खा ले संगे क्यों तू छब्बी चाक मेरे मगे रावणा पिया खा गिरा मैं घर दम्मी दा इंतजार करदी पईया वे मेरा पोतर उससे ते मामी को गिरा लाए ले सा मेरा नहीं कर लिया दिल करदा रोटी ते। अच्छा ठीक है जाओ मैं काम दा पे जाओ तू कोई नहीं आवना मेरे नाल रल के मां यार नहीं करे ना और रखा ओ यार जा शेर ला जा ए मां रुक दी है ना तैनू रोक के ते इंदा वास्ते हो रहा मैं रोटी ठंडी में ध्यान ਨਾਲ ਜਾਵੇਂ ਬੋਲੋ ਤਾਂ ਟੱਠੀ ਪਈ ਹੋਵੇਂ ਨਹੀਂ ਮੂੰਹ ਡਾਂਦੀ ਮੈਂ ਤੇਰੇ ਮਗੇ ਰਮਨੀਆਂ ਨਹੀਂ ਤਾਂ ਮੈਥੋਂ ਨਹੀਂ ਬਾਹਰ ਨਿਕਲਿੰਦਾ ਤਾਂ ਇਹਨੂੰ ਡੂਟਦੀ ਤੇਰੇ ਹਲ ਇੱਥੇ ਬੇਲੀਆਂ ਦੇ ਵਿੱਚ ਨਾ ਮੇਰੀ ਬਿਜ਼ਤੀ ਨਾ ਬੜਾ ਸਮਝ ਲੈ ਮਾਈ ਤੇਰਾ ਪੋਤਰੇ ਕੋਈ ਹੀਰ ਦੇ ਮਗੇ ਰਨ ਜਾਨ ਬਾਣ ਕੇ ਨਾ ਟੁਰੀ ਕਾ ਪੋਤਰਾ ਬੁੱਤ ਪੋਤਰ ਭੁੱਖੇ ਹੋਵੇਂ ਤਾਂ ਮਾਵਾਂ ਦੀਆਂ ਤਾਂ ਅੰਦਰਾਂ ਜਿਹੜੀਆਂ ਟੰਗੀਆਂ ਰਾਂਦੀਆਂ ਹੋਈਆਂ ਕੋਈ ਨਹੀਂ ਮੌਤ ਆਉਂਦੀ ਪਈ ਮੈਂ ਕੋਈ ਨਹੀਂ ਖਾ ਕੇ ਮਾਵਾਂ ਸਿਆਣੀਆਂ ਹੋਵੇਂ ਨਾ ਤੇ ਪੁੱਤਰਾ ਨੂੰ ਧੰਮੀ ਨਾਲ ਗਰੂ ਰਜਾ ਪਜਾ ਕੇ ਕਢੇਂਦੀਆਂ ਪੁੱਤਰਾ ਮੋੜੋ ਜੋ ਸਾਇਰ ਉੱਠਦਾ ਤਾਂ ਨਿਕੇ ਲੈਂਦਾ ਨਹੀਂ ਮੈਂ ਦੱਸ ਅੰਮੀ ਹੁਣ ਇੱਥੇ ਸਫਾਈਆਂ ਦੇਵਣ ਦਾ ਕੀ ਫਾਇਦਾ ਹੈ ਜ਼ਰੂਰ ਮੇਰਾ ਨੱਕ ਵਡਾਣੇ ਬੇਲੀਆਂ ਵਿੱਚ ਚਲ ਠੀਕ ਹੈ ਲਾਉਣੇ ਆਵੀਂ ਮੋੜੋ ਰਾਂ ਤੋ ਹੈ ਕਿਉਂ ਤਾਸ਼ ਖੋਲੀ ਹੈ ਯਾਰ ਖੇਡਣੀ ਕੋਈ ਨਹੀਂ ਸਦਾ ਸਿੱਧੀ ਗੱਲ ਹੈ ਗੱਲ ਸੁਣ ਓਏ ਸਹੀ ਸਹੀ ਦੱਸੀ ਹੈ ਤੇਰੀ ਮਾਂ ਹੈ ਜਾਂ ਬਿਜਾਣੀ ਨਹੀਂ ਮਗਰ ਬਣੀ ਹੋਈ ਹੁੰਦੀ ਬੜਿਆ ਮੈਂ ਆਪ ਤੰਗ ਤੇ ਜ਼ਲੀਲ ਆ ਘਰ ਜਾਵਾਂ ਤੇ ਕਿ ਕਿਸੇ ਕਾਇਸ਼ਾ ਹੈ ਕਿ ਕਾਇਸ਼ਾ ਖਾ ਮੇਰਾ ਪੁੱਤ ਖਾ ਜਿਵੇਂ ਮੈਂ ਕਿਸੇ ਕਬੱਡੀ ਵਿੱਚ ਗੱਲਾਂ ਸੁਣੀ ਜ ਰਜਾ ਰਜਾ ਕੇ ਹੁਣ ਬੇਲੀਆਂ ਦੇ ਵਿੱਚ ਉਸ ਮੇਰੀ ਬਿਜ਼ਤੀ ਬਣਾਈ ਹੈ ਇੱਜ਼ਤ ਤੇਰੀ ਕਦੋਂ ਅੱਗੇ ਬਣਾਈ ਸੋ ਹੁਣ ਤੂੰ ਖੇਡਣਾ ਕਿ ਕੋਈ ਨਾ ਯਾਰ ਦਿਮਾਗ ਖਰਾਬ ਹੋ ਗਏ ਹੁਣ ਤਾਂ ਖਿੜਿੰਦਾ ਹੀ ਨਹੀਂ ਸਾਥੋਂ ਅਸੀਂ ਦੋਵੇਂ ਕੱਲੇ ਖੇਡ ਲਈ ਸਾਂ ਤੇਰੇ ਅਗਾ ਤੂੰ ਐ ਵੇਂਦਾ ਪੇ ਆਵਣੇ ਹੀ ਤੇ ਮਾਂ ਨੂੰ ਨਾ ਉਥਈ ਅੰਦਰ ਕਿਤੇ ਤਾਲਾ ਲਾ ਕੇ ਤੇ ਤਾਂ ਆਵੀ ਨਹੀਂ ਤੋ ਰਾ ਕੋਈ ਨਾ ਆਵੀ ਪਿਆ ਅੱਛਾ ਠੀਕ ਹੈ ਜਾ ਕਿਤੇ ਜਾਵਾ ਓਏ ਇੱਕ ਆਖੀ ਚੂ ਨੂੰ ਦੀ ਸਿੰਦਾ ਹੈ ਇੱਕ ਚੂ ਕੋਈ ਨਾ ਮੋੜੀ ਐਂ ਟੁਰੀ ਹੋਈ ਹੁੰਦੀ ਏ
ਬਈ ਜਿਵੇਂ ਘਲ ਦੀ ਛੇਰ ਹੋਵੇ ਉਹ ਕਾਣੀ ਨੂੰ ਘਰ ਬਾ ਸਾਰੇ ਜਹਾਨ ਗੱਲਾਂ ਆਉਂਦੀਆਂ ਨੀ ਕੰਜਰ ਚੰਗਾ ਭਲਾ ਸ਼ਕਲ ਸੂਰਤ ਵਾਲਾ ਚੋਰ ਛਿੱਤੋਰ ਫਿਰਨ ਟੁਰਨ ਵਾਲਾ ਇਹ ਬੁੜੀ ਤੇ ਤੇਰੀ ਰੜੀ ਘਾਟ ਛੱਡ ਸੀ ਤੇਰੇ ਸਾਰੇ ਚੋਰ ਅਬੇਲੀਆਂ ਨਾਲ ਸਲਾਮ ਖਤਮ ਹੋ ਜਾਣਾ ਗੱਲਾਂ ਬੋਲ ਜਾ ਆ ਫਲਾਣੇ ਦਾ ਪੋਤ ਰਮਦਾ ਪਿਆ ਹੁਣ ਅਗਲੇ ਆਉਂਦੇ ਨਾ ਉਹ ਕਾਣੀ ਦਾ ਪੋਤ ਰਮਦਾ ਪਿਆ ਇਹਨੇ ਮਸ਼ੂਕ ਤਾਂ ਨਹੀਂ ਬੇਟੀ ਚੰਗੀ ਭਲੀ ਏ ਅਮਾ ਤੇ ਚੰਗਾ ਨਹੀਂ ਕੀਤਾ ਤੇ ਬੇਰੀਆਂ ਦੇ ਵਿੱਚ ਇਹ ਵੀ ਸਤੀ ਕਰਾ ਜਿਹੜਾ ਕਿਹੜਾ ਕਰਨਾ ਤੂੰ ਵੀ ਵੇਖ ਸੇ ਗਏ ਇੱਤਾ ਲੈ ਤੂੰ ਇਧਰ ਆ ਮੁਕਲਾਵਾ ਐਡਾ ਗਿਆ ਤਰਾ ਇੱਕ ਤਾਂ ਮੇਰੇ ਕੋਲ ਆਏ ਪੈ ਨੋ ਵਾਹ ਆ ਤੇਰੀ ਖੇੜ ਤੂੰ ਸਦਕੇ ਜਾਵਾ ਆ ਚਿਤੂਆਂ ਵਾਲਾ ਕੰਮ ਹੁੰਦਾ ਈ ਇਹ ਆ ਥੱਲੋਂ ਪੱਤਾ ਕੱਢੇ ਉੱਤੂ ਚ ਆਇਆ ਪੱਕੀ ਗੱਲ ਹੈ ਇਹ ਤਾਂ ਖੇੜਦੇ ਪਿਆ ਤੇ ਨਾਲ ਨਾਲ ਮੇਰੀ ਇੱਕ ਗੱਲ ਹੀ ਸੁਣ ਲਾ ਤੇਰੀ ਮਿਹਰਬਾਨੀ ਜਿਸ ਦੇ ਤੋਂ ਹੁਣ ਇਸ ਸ਼ਹਿਜ਼ਾਦ ਨੂੰ ਇੱਥੇ ਲਾ ਆਂਦਾ ਨਾ ਤੇਰੀ ਮੇਰੇ ਵੀ ਦੋ ਰਾਹ ਹੋ ਜਾਣੇ ਯਾਰ ਹੁਣ ਕੀ ਕਰੀਏ ਉਹ ਅੱਗੇ ਇੱਕ ਬੇਲੀ ਆਇਆ ਹੀ ਆ ਹੈਂ ਮੇਰੇ ਨਾਲ ਪਿਆਂਦਾ ਹੀ ਆ ਉਹ ਚੈਲੇਂਜ ਇਹੀ ਹੋਏ ਮੈਂ ਆਖਿਆ ਠੀਕ ਹੈ ਜਿਸ ਵੇਲੇ ਘੰਟਾ ਇੱਕ ਤਾਸ਼ ਪੀਂਦਾ ਹੀ ਰਹਿ ਗਿਆ ਨਾ ਬਸ ਠੀਕ ਹੈ ਜੇ ਮੈਂ ਤੈਨੂੰ ਗੱਦੇ ਬਣਾ ਲਿਆ ਤੇ ਮੈਂ ਤਾਂ ਇੱਥੇ ਪੱਠੇ ਡੋਣੇ ਹੀ ਵਾਂਗਾ ਸੱਟ ਕੇ ਮੈਂ ਤਾਂ ਸਮਝੇ ਐਵੇਂ ਪੱਠੇ ਤੇਰੇ ਤੇ ਚਾਰ ਤਿੱਲੇ ਵੀ ਕਾਏ ਨੀ ਆਵਣੇ ਵਾਂਗੇ ਤੇ ਚੰਗੇ ਜੁੜ ਸੇਣ ਅਖੀਰੀ ਮੋੜੋ ਉਸ ਨੂੰ ਮੈਂ ਆਖਿਆ ਆਖ ਮੇਰੀ ਬਾਂ ਕੀਤੀ ਉਸ ਉਤਾ ਮੂੰਹ ਕਰਕੇ ਬਾ ਮਖਾ ਹੁਣ ਤੂੰ ਜਾ ਤਾਸ਼ੀ ਤੂੰ ਪੁਰਾਣਾ ਹੈ ਮੈਨੂੰ ਪਤਾ ਹੈ ਦੋ ਬਹਿਣਾ ਤੂੰ ਤਾਸ਼ ਚੜ ਗਿਆ ਤੇਰੇ ਨਾਲ ਮੈਂ ਜੁਗਤਾ ਕੋਈ ਨੀ ਖੇਡਦਾ ਆ ਤਾਸ਼ ਖੇਡਦਾ ਇਹ ਨਾ ਖੇਡ ਓਏ ਸ਼ਹਿਜ਼ਾਦ ਨਹੀਂ ਹੂੰ ਚਲ ਨਾ ਖੇਡ ਮੁੱਢ ਨਾ ਖੇਡ ਮੈਨੂੰ ਕਿਹੜਾ ਮਸਲਾ ਆਜ ਤੂੰ ਪਿੱਛੇ ਨਾ ਨਾ ਖਿੜਸਾਂ ਆਪਣੀਆਂ ਬਹਿਣਾ ਦਾ ਕੋਈ ਨਹੀਂ ਸੁ ਪਤਾ ਕਦੀ ਕਿਸੇ ਬੰਨੇ ਤੇ ਤੇ ਕਦੀ ਕਿਸੇ ਬੰਨੇ ਤੇ ਇਹ ਦੇ ਬਾਜ ਕੇ ਦੂਈਆਂ ਬਹਿਣਾ ਦਾ ਨਾਂ ਲੈ ਲੈਂਦੇ ਉਹ ਸੁੱਤਾ ਪਿਆ ਹੈ ਹਾਂ ਮਲੰਗੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਹੈ ਤੂੰ ਸੁਣਾ ਤਬੀਅਤ ਸਿਹਤ ਤਬੀਅਤ ਸਹੀ ਹੈ ਯਾਰ ਰਾਤੀ ਸਾਰੀ ਰਾਤ ਹਸਪਤਾਲ ਜਾਗ ਕੇ ਰਾਤ ਕੱਢੀ ਹੈ ਉਹ ਘਰ ਦੀ ਤਬੀਅਤ ਖਰਾਬ ਆ ਹੁਣ ਹੈ ਤੈਨੂੰ ਪਤਾ ਮਰੀਜ਼ ਨਾ ਮਰੋ ਜੀ ਕੋਈ ਨਹੀਂ ਛੁੱਟੀ ਤਾਂ ਕੋਈ ਨਹੀਂ ਹੋਈ ਅੱਛਾ ਉਹਨਾਂ ਕਦੋਂ ਉਤਰਾਉਂਦਿਆਂ ਤਾਂ ਛੁੱਟੀ ਹੋ ਜਾ ਸੋ ਤੇ ਤੈਨੂੰ ਪਤਾ ਮਰੀਜ਼ ਨਾ ਮਰੀਜ਼ ਹੋਣਾ ਪੈਂਦਾ ਹੈ ਇਹ ਤਾਂ ਗੱਲ ਹੋਈ ਮੈਂ ਮਰੀਜ਼ ਉਹ ਤੋਂ ਹੋਇਆ ਮਰੀਜ਼ ਜਿਹੜੇ ਉਤਲੇ ਨੇ ਉਹ ਵੀ ਮਰੀਜ਼ ਹੋ ਜਾਂਦੇ ਹਾਂ ਉਹ ਮੁੜ ਹੋਰ ਕਹਾਂ ਉੱਥੇ ਜਾਗਣਾ ਆਈ ਆ ਮੈਂ ਹੀ ਹਾਂ ਬਾਹਰ ਦਵਾਈਆਂ ਸ਼ਵਾਈਆਂ ਵੀ ਲੈਣ ਮੈਂ ਜਾਂਦਾ ਸਟੋਰ ਤੋਂ ਤੇ ਬੋਤਲਾਂ ਲੱਗੀਆਂ ਸੋ ਉਹਨਾਂ ਆਖਿਆ ਬਈ ਮਸਲਾ ਹੈ ਸੋ ਥੋੜ੍ਹਾ ਜਿਹਾ ਉਹ ਇਸ ਵਾਰ ਰਸੋੜੀ ਅੱਲਾ ਖੈਰ ਕਰੇ ਸੀ ਯਾਰ ਮੈਂ ਆਪਰੇਸ਼ਨ ਨਹੀਂ ਕਰਵਾਈਂਦਾ ਵੀ ਯਾਰ ਆਪਰੇਸ਼ਨ ਕਰਵਾਵਾਂ ਉਹ ਨਾ ਹੋਵੇ ਨਾ ਜਾਨੋ ਹੀ ਲੱਗੀ ਜਾਵੇ ਨਹੀਂ ਨਹੀਂ ਸਵਾਣੀ ਤੇਰੀ ਹੈ ਹੀ ਕਮਜ਼ੋਰ ਇੱਥੇ ਦੱਸਦੇ ਪੈਣ ਸਾਹਿਬ ਹਾਲ ਆ ਲੱਗੇ ਦਮ ਕਰਿੰਦਾ ਸੌਲੀ ਦਾ ਹਾਂ ਹਾਂ ਉਹ ਦਮ ਸਹੀ ਉਹ ਮੈਂ ਵੀ ਉਹ ਤੈਨੂੰ ਦੱਸਣ ਆਇਆ ਹਾਂ ਸਾਹਿਬਾਲ ਜਾ ਸੀ ਨਾ ਹਾਂ ਤੇ ਜਿਹੜਾ ਹਾਸਲਪੁਰ ਰੋਡ ਤੇ ਹਾਂ ਹਾਂ ਹਾਸਲਪੁਰ ਰੋਡ ਸਾਹਿਬਾਲ ਨਿਕਲ ਤੇ ਹਾਸਲਪੁਰ ਰੋਡ ਹਾਂ ਐਵੇਂ ਹੀ ਦੱਸਦੇ ਪੈਣ ਕੱਚਾ ਖੂ ਤੇ ਇਹ ਇਸ ਸਾਈਡ ਦੇ ਹਾਂ ਇੱਦੇ ਉਹ ਭਾਈ ਤੇ ਉਹ ਲੈਂਦਾ ਲੈਂਦਾ ਕਾਸ਼ਾ ਨੂੰ ਮੇਰੇ ਸਾਹਮਣੇ ਔਰਤ ਆਈ ਗੁਨਾ ਹੁੰਦਾ ਉਹ ਸਿਰਫ ਉਹ ਆਉਂਦਾ ਨਾ ਸ਼ੀਸ਼ਾ ਜਿਹਾ ਲਵਾਉਣਾ ਚੈੱਕ ਕਰਾਵਣਾ ਅੰਦਰ ਬੱਚੀ ਇੱਕ ਬੱਚਾ ਹੁਣ ਦੱਸੋ ਡਰ ਨਾ ਦੇ
ਤੁਰਨ ਲੱਗਾ ਮੂੰਹ ਬਈ ਜਾਵਾਂ ਜਾਵਾਂ ਘਰ ਦੇ ਕੰਮ ਨੂੰ रात बना अल्लाह करम करो सो हूं अगे नाल ठीक है ते बस ओ पे दो त्रों दिन ते छुट्टी दे छड़ हूं तू जो इत्थे पिछु कौन बात चले जावण वाला या कोई बंदा पीछे मेरे भाई है भाई है, साले भी थाने आओ भी उठे है वो का परसों था या जाओ तैयार होई खड़ती और मैं मेहनत कीती पे मैं आगे पीछे होवा ना ते मुड़े है भाई चलो ओ रात है ओ बा में जी भिरा भी है ओ नहीं 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 ले जा सकदा ओ नहीं ले ओ तो दवाई ले आ सकदा ले जा नहीं सकदा उन बाहर बिल्कुल 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 औरत नु औरत ले जा हां चलो घर दा होवे ना ओदे घर दा होवे मुड़ो आप ले जा सकदा हां जी हां जी बिल्कुल मियां अल्लाह ताला ना खैर करे सी ते लाजमी ना तो लाजमी जावना जाना जाना क्यों नहीं यारो ते ओ यार तू मेरा है बेले बिरा भी हां खैर ता किसे दा हालात तंग वेखना मेरा ते दिल अंदर अंदर बाहर आ जांदा ही तेरे वाली गल मेरी है मैं दुख नहीं किसे दा किसे दी आने किसे दी गल अपने ते ले लेनी बिल्कुल हुन ओ जेड़ी है ना शहजाद वेखे हां छोड़ दा निका जे मान वेखी में पढ़ाया ही हां यार ओ बड़ा औखा ना सो पाले ओ हुन चंगा भला पढ़ गया अंदर किते यूनिवर्सिटी जोंदा ते मां हुंदी जी जेड़ी है ना पता नहीं आंख दा को मसला बणे ओगले दे आई आईया ते उंजाई पोत्र तू चोरी है अब मैं मुड़ गया साथ सियाणे आ गए नो किसे का छदेणी होवे ना ते दूई आंख भी वेखणा नहीं चाहिए हां ओ मैं ओदी कोई हेल्प कीती गरीब औरा ते ओ जाने चलो किसे दे सदके जिस पप्पू जप्पा अटैक हो मर गए कदों ला अज दूआ त्रीआ दे ओ गया ही नौकरी ते तो दूगों ते कोई बेली हो दो दावत की थी उन्हें बैठा कुछ बढ़िया ते पानी पियो तो आंदा मेरा यार ना दिल फड़कदा पे ओ सा क्या भी कोई जट लम्मा हो जा ओ लम्मा हो गया ओ संदेर उन्हें चाह चुबड़वाई मैं चलो बेली जरा गप शप भी लेने चाह ओ बैठा के चाया तो वही उठाया सो एक बारी भी दो पप्पू उतर तो उठी उसे हाथ रखा थे दुनिया मुल्की ते तुलकी इकट्ठी हो तू देख ला केड़ा जवान हो यार बहुत चंगा छोरा यार मैं ना इस देश से जेड़े चंगे वदे उना दी वजह तो दुनिया बस ओए मंगा अगामी चंगियां दी लोड़ बदुआ दी लोड़ काई नु हां जी बिल्कुल सच्चा है समझ आई अगामी चंगे जांदे नी हां जी बिल्कुल ते शोदा बस देख ला ते ए शहजाद दी तेरे में गल पे करे दम ओदी मां एड़ी चंगी है अल्लाह अगले दे मैं तकरी है गल्लां चू गल्लां अगले दे मैं तकरी है ते मैं पई आंदी है केड़ा है मैं मलंगी हां वे भाईया गल ए आ मेरे पोतर नु समझा मैं की समझावा पढ़ लिख गया है मैं तन नाल तो के सान नहीं पता उस बे तन नाल पढ़ाया ते आखा नहीं मन तो असी उन की छोर चित्तो जे आजकल तो छोर चित्तर ही नहीं ना ए नेड़े कोई नु आवन दे ਦੀਤ ਤਾਂ ਕਰਦੇ ਕਈ ਨੂੰ ਹਾਂ ਬਿਲਕੁਲ ਵੱਡਿਆਂ ਦੀ ਦੀਤ ਨਾ ਕਰਦੀ ਨਾ ਇਹਨਾਂ ਨੇ ਉਹ ਇਹਨਾਂ ਦੇ ਚ ਗੱਲ ਹੀ ਕਰਦੇ ਜ਼ਮਾਨੇ ਹੀ ਵਗ ਗਏ ਉਹ ਸਾਡੇ ਜ਼ਮਾਨੇ ਵੇਖ ਹਾਂ ਪੁਰਾਣੇ ਜ਼ਮਾਨੇ ਆਪਣੇ ਬਜ਼ੁਰਗਾਂ ਦੇ ਹਈ ਯਾਦ ਜਦੋਂ ਰੋਂਦੇ ਸੀ ਤੋ ਅਜਾ ਨਹੀਂ ਲੈ ਜਾਵਣਾ ਹਾਂ ਹਾਂ ਕੱਲ ਦੀ ਗੱਲ ਬਲੂਮ ਪਈ ਹੁੰਦੀ ਹਾਂ ਕੱਲ ਦੀ ਗੱਲ ਮੇਲੇ ਜਾਂ ਫਿਰਨੇ ਮਾਂ ਪਿਓ ਪਿਓਾਂ ਦੇ ਖਨਾੜਿਆਂ ਤੇ ਜਾ ਉਹ ਯਾਦ ਹੈ ਬਈ ਮੈਂ ਤੋ ਆਖਿਆ ਬਈ ਕੋਈ ਨਹੀਂ ਮੈਂ ਵੀ ਤੇਰਾ ਵੱਡਾ ਭਰਾ ਹਾਂ ਤੇ ਮੈਂ ਕਿ ਮੈਨੂੰ ਅੱਜ ਨਾ ਮਗਰਾ ਤੇ ਸੰਗ ਵਿਖਾ ਸਖੀ ਦੇ ਸੰਗਾਂ ਤੇ ਯਾਦ ਹੈ ਸਖੀ ਦੇ ਸੰਗ ਤੇ ਕੁੱਤਿਆਂ ਦੀ ਲੜਾਈ ਪਈ ਆ ਤੇ ਨਾ ਕਿ ਮਲਾਇ ਜਾ ਤੇ ਤੋ ਮੈਨੂੰ ਮੋਢੇ ਤੇ ਮੈਂ ਤੇਰੇ ਮੋਢੇ ਤੇ ਮੌਤ ਛੱਡਿਆ ਵੇਖ ਲੈ ਯਾਰ ਉਹ ਗੱਲਾਂ ਤਾਂ ਖਤਮ ਹੋ ਗਈ ਉਹ ਜ਼ਮਾਨ ਨਹੀਂ ਵਾ ਆ ਜ਼ਮਾਨ ਨਹੀਂ ਹੋ ਸੱਚ ਦਾ ਜ਼ਮਾਨ ਉਹ ਸੱਚ ਦਾ ਇਹ ਤਾਂ ਹੁਣ ਦੁਨੀਆਵੀ ਐਵੇਂ ਤੈਨੂੰ ਪਤਾ ਨਹੀਂ ਯਾਦ ਕਰੇ ਯਾਰ ਸਾਡੇ ਇੱਥੇ ਸ਼ਾਦੀ ਹੋਈ ਆ ਸਪੀਕਰ ਲੈਂਦਾ ਨਾ ਤੇ ਸਪੀਕਰ ਉਹਨੇ ਉਟਾ ਦਿੱਤਾ ਬੰਨਿਆ
स्पीकर को आ जावे ते मया ने एवे समझावा को चगल चगल न करे अपनी जाती वणावणी होई ओ इस वजह ते मुंह तो मखियां गताना दी गल है तू ये गल है शायद उन परसों छुट्टी हो जावे मोला में चक्कर है औसा औसा ओ आ भरजाई आई ते मैं औसा नाले में लावणी आई यार निसरी ते ओ बराब तू मोड़ो कोई साडे कोई नहीं फरक तेरी दुआई दा खांदे पया कमलिया नहीं अल्लाह खैर रखे अल्लाह मियां होण ये करी आप ते दो बिरा बैठे बहु हौसला भी किता था अगले गल समझे कर जावा मैं भी किसी कम लगा या मुड़ जाना अस्पताल आप ना मरीज को वीवे तो नो गल बन दी लस्सी पई पता नहीं छोर कैसे लम्दा है शहजाद हो रोटी भी बनी पई सो पता नहीं करमाला किधर निकल जाता है मगर जावा तो तामी लड़दा रहा है मगर आ जाती है मगर टुरी रही है की करा बहुत रोया नहीं मुँह जट पाँगा और आसरा कोई नहीं मुँह है इको पुत्र है अल्लाह सोना जिंदगी करो उस अल्लाह सुख दे सो हां जी तेन केड़े बंदे आख्यो तो मेरे मगेरा मैं रोक के गया मु भाई मेरे मगेर अम्मा ना ही कर मैं जिदे जावा मोटर ते जावा बेलियां जावा तू मगरे हुंदी है जिवें लेला मगर हुंदा अपनी मां दे पोतरा मैं तेरे मगेर जांदी हां और मैं के दे मगेर जांदी हां वेखन हुन की टाइम हो गया भूखा वदा होया तो मैं कोई निक्का रिड़दा बाल हां मैं अपना ख्याल रख सकदा काई नहीं लोड़ तन मेरे मगे टुरांदी ओ गुल्ला चा के ब्याह मेरा पोत रखा पोत्र भावें ना मैं तेन दसा निक्का होंदा है ना हूँ गल्ला तेन कोई नहीं याद हो अपने हत्था नाल चूरी कोट के बना के मैं तेन खवाइंदी हां मंगली तू नाप के स्कूल लै जाना लै आना है ते मामा तो मामा ही आंदी ओ तू मैं बच्चा मूं बाला मूं हुण मैं वड्डा हो गया अम्मा तू अजे हुआ बाला नहीं सोच रखी हुई है पोत्र मेरी वास्ते तो तू बाल ही है ना वड्डा हो गया अल्लाह तेरी जिंदगी करे मेरी वास्ते तू बच्चा ही है अम्मा तू मगर ना तू मां मगर मेरी मोहल्ले दे विच बेइज्जती बनी हुई है ते मेरे बेली मेरे दोस्त मैंने अपने को खलोवन ते बाणी नहीं देंदे सिर्फ तू है बंदे मगर ते तू है मैं लदीस दी पई है इस मोहल्ले वे तुरंत जोगा कोरी छड़ना पोत्र मामा तो नहीं ना बेइज्जती करंदियां पुत्रां दी केड़ियां गल्लां करे ना किसे दी मां नहीं जांदी आ मेरे ना जितने मेरे दोस्त हैं किसे ने भी मां नहीं जानी सिर्फ शहजादी दी मां टुरी हुई है लाडे दी शहजादी दी जिवें मैं मिट्टी खाना पुत्र मैनू तेरा ही आसरा और मेरे कोल कौन है उन्ना दा घर मां प्यो बहना भरा सारे हुंदे अच्छा। मेरी अखी अगु तो तू ही है ना तो मुड़े इन काम कर मां मैं इथे तेरे गोडेड़ा लाग के बाहर आना ते आ जेड़ा सी खांदे पींदे है किदू बाहर निकलना ते का शामनी है उन्ना कोल बेलियां कोल जाके पता क्यों बानना काम धंधा में लाभ के दियो कोई जिदे मैं काम करा मेरी मां मगरे
कोई ये देना जो तो मैं खा के गया तो तू मगर ना आई ना मोड़ी मगरे दुपहर हो गए मेरा पुत कपड़े बटा लवे जिमें मैं अजे सजाया बाल हाँ मैं अपनी समझ कोई नहीं मैं पुत्र मां तेरी चिंता होंदी है मां नहीं पता नहीं किवें बता मैं आखरी ते पहली बारी अम्मा प्यार दो अगर आज तू बात तू मेरे मगर आई हो मेरे बेलियां दे विच मेरी बिजती बनी तो मैं तू बुरा कोई ना होसिया मैं बोल जा संग मैं तेरी केड़ी बिजती पुत्रा बनाउनी है तू मेरे नाल में लड़दा रहना मैं तो तेरे मगर जानदी है तेरी काई गल कीती ते गु रोना शुरू कर दित्ता दस्ती मगर मां छाले जड़े हैं ना आंसू बगाने शुरू कर दित्ते ते किसे होर अगे भी खाइए मैं तेरे रोज देना आए हंजू वेख्यो जेड़े मेरे सामने तो ड्रामे करके रोनी है मैं कोई नहीं पता पोत्रो मामा मामा ही होंदियां औलाद भावे जिवे भी होवे ना तो मां मां ही होंदी है ओ सारेयां दियां मामा अम्मा को तू वखरी मां कोई नहीं जेड़े मेरे कोल बैठे ना उन्हां दी मामा जिंदा है मरिया कोई नहीं ओ तो कदी नहीं मगर आईयां ओ मां तो मां उन्हां दा प्यो ही कदी नहीं मगर आया अपनी मर्जी दे अगले जिंदगी गुजार दे मेरी ही जिंदगी अजाब बड़ी इसमें बेहतर है मैं मर जावा या कि मुंह कर जावा हूँ पोत्र मैं तेरे मगर ना जावा तो मैं कहते हल जावा दस मैनू मर्दी है मगर लांती मेरी जिंदगी दा अजाब हूँ दस सो आया बैठा की खावा रोटी खा ला लस्सी ठड्डी कीती बैठी हाँ रोटी बनी पई है ना मैं रोटी खावनी तो ना ही मैं लस्सी पीनी जेड़ा तू उत्थे मेरे बेलियां दे विच इज्जत या पग बनाया आई है ना मैनू ही बहु समय लग गए मगरू तू आ गई ये दस केड़ी ऐसी तेरे को गिद्दड़ सी की मैं जिथे जाना तू मगरे आ जानी पोत्र दास पहुंच के जानी है मैं की पता होंदा तू की मैं आखरी बारी पे दो आज तू बात तू मेरे मगर आई हो ना तो मैं तू बुरा कोई ना सिंगे बस मैं तेन आके जानता पे कोई नहीं बखाम बगेड़ा करमाला लड़दा रहा बिजती करता रहा मैं जितना एदा सोच दी है जितना कर दी है शाला तेन कुछ भी ना हो मां मरी अल्लाह सोने ईमान दे ईमान दी सलामती दे अल्लाह सोने दी कोई मोहब्बत पा मेरे वास्ते मेरा पुत्तर है जे आंदा तो मेरे नाल लड़दा बिड़दा रहा अल्लाह सोना दी जिंदगी करे तेनू कुछ भी ना हो ते अपनी माँ नाल सही रवे सहारा बने माँ का मैं दे पिछे पिछे वधी होनी हाँ भुखा तस्सा वधा होंदा ते वो उल्टा मेरे नाल लड़दा रहा बिजती करता रहा अल्लाह जिंदगी करो सो माँ मरो शाला कुछ भी ना होवो सो उता उठी बाओ जी उठी बाओ मैं साबूदाना बना के रखिया है तो मैं लाया मैंने दो चमचियां ले ला नहीं मैं कौन खाना क्यों दिल खराब होता दिल उछलता पिया मेरा हूँ कुछ खासे तो उठी से ही भला मंजी ते पई रहे तो मंजी ता दी जान ना इंदी छड्डा नहीं मैं कुछ नहीं खावनी दिल्ली नहीं आंदा उन एक गल है जी आया अस्पताल रही हफ्ता रंग चिटड़ा हो गया है ना उथे सोखा ले रंदे पनिंदे नहीं नहीं सोखा तो उदे तो चल उसा क्या अस्पताल ते थाना एदे रब कोई ना ले जावे दन दुश्मन नु भी ना ले जावे मैं पता है किड्डा उथे मौखी हो ही रही हूँ मैं आके मेरी जान पता नहीं कि मैं रोटी रोटी खानी मैं तो तेरी टेंशन लगी ओ नहीं तू हूँ परेशान है तू मैं भी तेन परेशान कीती रखा इन तो नहीं ना वक्त पास होंदा है तू सा रोटी कि मैं खादी कौन पका के इथे दे रोटी खा लविंदी आ मोड़ अल्लाह ते डोरियां सटी हुई आ ते अल्लाह दे अगे माफी मंगिंदी आ आंदे ना तो करो ते ता भी डरो ना करो ते ता भी डरो ते केड़ा हाँ 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 अम्मा की हाल है अगल आ गया ठीक ठाक हाँ तुसी सुनाओ आज मैं पता है माँ मेरी होना पता करे ना वेखन अगे दो तो? दो चक्कर ला गई ना छोरे ठीक है ठीक है माँ दिमाग नो चढ़े
खराब हो दवाई खादी की नौकरी लग जास ते मेरा सारा बन जासी करमालन यूनिवर्सिटीयां दा है मैं जे जन्ना हां उदे लोरी हां पढ़न जांदा है दोबारा लोदु आवे ता बेलियां नाल भाग गया निकल गया ताश खेड दुको अधिकारी दुको मगर जावा ना हां ते लाड़ पंदा करमाल आगू मेरा उस तो अलावा मेरा कौन है इस दुनिया ते मेरे नाल मुंह लड़दा करमाला कोई पता नहीं की ऐसू या की नहीं मैं तो बड़ा प्यार करेनी हूं दे नाल ते हुन पियांदियां मुंदी शादी दा भी कोई सोच नहीं दियां ते चलो मां दी शादी कर घर ते हुंदी शादी कर दियां ए ना शादी तो पहले ए इज करेंदे रहंदे नवी लाट हां लस लसी लोण का ज्यादा पा छड्या आ अक्खां वाली रोटी इज का पकाई ऐ क्यों कीता शादी करन दे लगे आता करेंदा रहंदा ओदी पर कछ नहीं मान दी दसी जेड़ा मां पे होंदा है औलाद दा बुरा नहीं सोचदा तुम्हारे सामने में निक्का जिया ते उनु अपने हाथा नाल रोटी खवाउनी चोरी कोट के दे स्कूल छाड़े आना लाए आना टाइम ते हां ते उनो कर्मा वाला जेड़ा हुन मगर भाग जावा तू आंदा मेरी बेलियां बिजती होंदी पे अल्लाह तू ना गई करो तू ना गई कर ओ बड़ो उनु अजे नहीं ना समझ एक बंदे मां नु मोढ़ियां ते चा के 100 दफा हज कराईया उस आख्या मैं मां दा रुतबा ला सकना ते अगू जसो 100 दफा हज कराईया ने ते किसे सयाने तो पूछया मौलवी तो पूछया ये गल है मां दा रुतबा ला लिया ना मैं हुन 100 दफा हज कराईए हुन मेरा सकू मां ते एहसान है उस आख्या पागल है तू तो उस रात दा नो एहसान ला सकदा जदो ओ आप सिन्ने ते समझदी है ते तैनु सुक्के ते समझदी आ तू किवें आदा मैं मां दा एहसान ला सकना ओ जे पढ़या है गुड़िया कोई नहीं पढ़ लेना खाली ओ होर गल हुंदी है जेड़ा गुड़ ना हुंदा होर गल हुंदी है ते जेड़ा ओंदे ना जेड़े बेली ना फलाणिया सोबत चंगी होवे ओंदी है सोबत चंगी काए ना ओंदे बेली चंगे कोई नहीं परेशान मुड़ो जानी जे सरकार माला लड़दा है ना मैं तो बड़ा प्यार करदी हां ते मुड़ भी दुआई देंदी रहनी हां हो जाने खैर उस खैर कुछ भी नहीं दुकान जदों जावे ना ਉਹਦਾ ਨੰਬਰ ਮੇਰੇ ਕੋਲ ਹੈ ਹੀ ਉਹ ਨਾ ਕੀ ਕਰ ਫੋਨ ਕਰ ਉਹ ਕਰ ਸੀ ਫੋਨ ਮੇਰੇ ਹਾਲ ਮੈਂ ਮੁੜਨ ਫੋਨ ਕਰ ਦੱਸੇ ਸੰਗਿਆ ਵੀ ਅੰਮਾ ਨੂੰ ਕੁਝ ਖੰਡ ਕੁਝ ਗਿਓ ਤੇ ਕੋਈ ਗੋੜ ਜਿਹੜੀ ਸ਼ਾ ਲੈਣੀ ਆਈ ਕੋਈ ਨੀ 4-5 ਹਜ਼ਾਰ ਨਾਲ ਮੈਂ ਮੁੜ ਮਰਦਾ ਕੋਈ ਨੀ ਪਿਆ ਅੱਲਾ ਦੇਵੇ ਨਾ
मैं तो अल्लाह मैनू इतना कु देवे कि मैं अपने वर्गे गरीब माड़े जेडे बिरान ना उन्हां दी हेल्प करां पहले ओ ते मुड़ पिछे जाण ते डॉक्टर बोलना मना किया नहीं ओ तू पूछे ना तो उन्होंने आके मेरी किस मदद की थी मैं गरीब जी जो हाँ अल्लाह दिता अल्लाह दिता वो अल्लाह तो दिते रजना ही ऐ बंदे तो दिते कोई नहीं रजना पोत्र दा डर वीरा होंदा जो है ओ सिर्फ बिजती दा डर होंदा और कोई नहीं केड़ा बंदे खांदा रहंदा लेकिन चंगा करेंदी है मोड़ उन्हों पोतरे इको ऐसो सो अल्लाह जिंदगी करो सो तत्ती वाह ने लग गया सिद्ध नहीं किसे दे असाथे भी बस अल्लाह देसी क्या रहबो तो किसे कारण भैड़ी द्वार नहीं मंगनी चाहिए किसे कारण चंगी मंग सो तो थोड़ा अपना खुद चंगा हो सी अल्लाह मिया सा हाँ ये चल जा फिर हां सौदा ले हम ना ले आ सके ना जा सके तो मैं दसी मोड़ मैं तेनु ले आ के देसा हां भला वे पुत्र आदमी मैं जाना भोने से दवाइयां दी लेन ओ डॉक्टर छुट्टी जे दीती आ ना ओदो ने पर्चियां दीतीयां बे दवाइयां हफ्ते क दी ने हफ्ते तो बाद उन मोड़ चेक करवाना अल्लाह कर से सही हो जासी दुआ कर छ ने खैर हो सो अपने घर अगे ठीक न गलत ना गल की कर अल्लाह हर नु देवे इंशाल्लाह नेक औलाद देवे ए दुआ करनी चाहिए जो इो जो खींदे ना भी मावा धक्के खादिया दिल अज बरी वे सही आदि मावा तो मावा ही होंगे वाह मेरी मां टाइम नाल छोड़ के भाग गई हूं माए निन की मुंह अखां दर्द विछोड़ दहाल दी माए निन की मुंह अखां हुण धक्के हैं सिर्फ मेरी जिंदगी दे नाल मां ना होवे ना हां बंदा बीमार होंदा है किवें आ जांदी है चाचा की बना तबीयत तो ठीक है ढिला मठा बैठा खैर अपो तबीयत खराब है थोड़ी जई तो मोर घर मंजी ते बा ओई तो खरानी नु सिर देते बैठा पुत्र मंजी वाली तबीयत नहीं ना खराब आ दुनिया दे अंदर प्यार कितनी त्रिखी है किवें त्रिखे हो के बने जांदे ऐदे आ जा पुत्र ओके त्रिखे हो दुनिया जो है तो घर दा काम में नाले आज ते दौर दे विच कम ले आए दासो जे दे कोल पैसा नहीं उनू बिराई नहीं सलाम देंदे तो तू पेना दुनिया के तरीके आज दे दौर सब तू ज्यादा पैसा है पैसा मैं तन दसा अपेना की तन तकलीफ है मैंने सिर्फ मां दी तकलीफ है मेरी मां नु साल हो गया मोई नु तो ओ मेरे ज़हन ते आई है ते इथे कल्ला बह रहे हां ओदी यादा ताजियां पे करे मैं कोई होड़ा नटकण वाला कोई नु गल सुन तेरे जेड्डा कौन है मैं तेन होड़ा नटकण वाला ही कोई नहीं रुकेंदी आई
चोरी नहीं करे मां सिर ते होवे बंदा जारी नहीं करे मां सिर ते होवे तो बंदा जेल च हुंदा है आजादी च नहीं हुंदा बिना ला तू जेल च ओ बड़ा मेरी ना पूछ जेड़ी मां हाल की तू मैं पता है समझ लग गई मैं पता है मैं जिंदगी गुजारदा फिया अजाद से मांग अल्लाह तू लीके खट आख मेरे अल्लाह मेरी मां जिंदा है ओ जो खिदमत कर ला ए दिहाड़े तन याद हुसैन मां दे मेरी मां किवें दी वे पोत्रो उठी रोटी खा ला वे पोत्र तेरी रोटी थरदी पई है ओ बेली बेलियां नहीं राणा तो बड़ा दस मैं अन्ना या मैं दिसदा कोई नहीं पा रोटी पई है तो मैं खावनी जरूर उस मगे टोर के मैं जिथे जावा मगे राई खलियो जिथे जावा मगे राई खलियो आ हालात है तनी सजा दे कोर दसा दस अल्लाह तेरी मां दे खिजर जितनी उम्र करे करोड़ साल जीवे अच्छा लेकिन हजार साल और जिंदगी फिर भी है मरना चाचा मलंगी तू गल करे ना मां दी इज्जत कर ला मैं ना ही की थी, आज मैं दर दर छोकरा कर दा ओ मेरे सोना मेरी अम्मा मांगता मेरे को रोना शुरू कर दिता मैं ता उंज ते तू पूछ लिया है बैठा है खैर होवे इंशाल्लाह इंज किवें बैठा है तू अब नवे किस्से लै के शुरू कर आज दे दिहाड़े मोई आई ओ दिहाड़ा याद करके बरो ना सवाणी कोल के बह के रो सकदा मैं लेकिन नहीं ओ आदी जेब चो पैसे काट ओ कमला बारू अभी वे ते मां दिए पुत रोटी खाती है इक्का गल पुत के तकलीफ तक सवाणी चीर के वड़ जावा मां दे बारे मेनको गल कर मेरी मां है मां मेरी जन्नत आई ते मां तेरी भी जन्नत है हर किसी की मां जन्नत है ओए आज कमला वेख जिना दिया मर गई दर दर दे टोकरा का मौजियां अगले घोड़ा नटकन वाला तो कोई नहीं मौज च है भाई चुप जेड़ा बंदा अजाब तो चले हुआ है लख लाना ते जिंदगी ते ओ न तेरे बेलियां ते भी लाना ते जेड़े बेली ते ना तेरे मां मां नाल कर ओ कमला मां ता जन्नत है मैं तेरा बहु लिया आज की तिखला मिलन गया भाई तू बुजुर्ग बंदा है खिदमत कर सिर गुट नवा दुआ चिलका फुलका बस कर बस कर अजा दिमाग ही खराब किया तू कर लू हूं इतने क्यों लम्मा की इत नहीं आया वो अम्मा आई नवा पुराना पिंजरा पंछी फिरे उदास जिंदे घर मौजा माणिया रान ना देंदे रात जदन इत मर जामना है ना जेड़ी तेरी हालात है तो भला की आखना वो जल्दी करो वो लाश खराब होंगी पाई है दफनाइए मैं बेलियां को जावा बेगैरा था मैं मां रात रहाइए प्यो नू रात रहाइए मैं कहना नहीं तू मारी गया मैं तेरे प्यो वा रात रहावनी मां नू आख्या नहीं तू अल्लाह दे प्यारे हो गई है तो तू बाहो तू इत तेरा मैयत प्यार है मैं रात रहावनी ओ कमला ओ मैं मां नू मुसले बिछा के देंदा मूं ओ कमला मैं मां नू लोटा रख के देंदा मूं ओ मां ते जन्नत होंदी मैं भी उन्हू कमा के देना कदों भुख ते मरी कहीं तुहाडे बूहे ते गई है मेरी मां प्यो मैं दिव्या जी अट्टे दा थल तैन मैं टोपा एक वासी भुख ते बैठे हां तैन मैं नहीं समझदान तेरे विच फिरौनियत आ गया ना तू फिरौन हो गया ते तैन मैं नहीं समझा सकदा जिस उस आख्या जिद हाथ नहीं पिया वो हाजी जिद हाथ पै गया वो किदे कोई हाजी हुण तेरे बस नहीं और मैं फिरौन हो गया तू इंसान है मेरा पुत्र मेरी सुन मेरी गल सुन वड्या कोल बैठा कर तू वड्या कोल नहीं बैठा शैतान है ना इदू आंदी है अल्लाह मियां अजान देंदा है ना अल्लाह दा साधे आ आओ मेरी तरफ आओ
आप ही कभी गया करो, अगर मशवरे ना दीते करो। पुत्र आप ही जाने हो, अल्लाह ताला दा साथ दंदा है ना ते बंदा उठिंदा है, शैतान भला की करेंदा जेड़ा बद होवे तेरे वरगा। सैं पाओ ए लल्ला ए लल्ला, ओ थपेंदा है ओ आंदा सैं पाओ ए तेरे विच शैतान है, तू आंदा है मां दी इज्जत नहीं करनी। एक गल सुन ले चाचा, दो बंदा हो जाने ना बुड्ढा ਤੁਹਾਡੀ ਉਮਰ ਉਦੋਂ ਬਾਲਾਂ ਲੱਖ ਕੋਲ ਹੋ ਜਾਂਦਾ। ਮੇਰੇ ਤਾਂ ਬਾਲਾਂ ਉਹ ਸਿਆਣੇ ਸਹੀ ਆ ਗਏ, ਬੁੱਢੜਾ ਹੋ ਕੇ ਬੰਦਾ ਨਾ ਉਹ 12000 ਬਾਲ ਬਣੇ। ਤੂੰ ਤੇਰੇ ਵਿੱਚ ਤਾਂ ਵੱਡਿਆਂ ਲੱਖ ਗਿਣ ਸਾਨੀਆਂ ਤੇ ਮੈਂ ਤੇਰਾ ਹਾਲ ਚਲ ਉਲਟਾ ਮੇਰੀ ਬੇਇੱਜ਼ਤੀ ਕਰੇ। ਹਾਂ ਪੁੱਤਰ ਮਾਂ ਦੀ ਪਾਰੂ ਮੇਰੇ ਕੋਲ ਨਾ ਗੱਲ ਕਰੀ, ਮਾਂ ਦੀ ਬਾਰੇ ਕਿਸੇ ਕੋਲ ਨਾ ਗੱਲ ਕਰੀ, ਅਗਲੇ ਤੈਨ ਮਾਰਨ ਨਾਲ ਬਜਾਵਣ ਤੇ ਮੈਂ ਕਮਲਾ ਐਵੇਂ ਕਿਸੇ ਦੀ ਮਾਂ ਬੈਠ ਛਿੱਲੀ ਰੱਖਾਂ ਮੈਂ ਬੇਵਕੂਫ ਉਹ ਮੈਂਦੇ ਚਮਾ ਉਹ ਮੈਂ ਹੁਣ ਰੱਖਣਾ ਮੈਂ ਦੀ ਖਿਦਮਤ ਕਰੇਨਾ। ਤੇਰੇ ਵਰਗਾ ਤਾਂ ਬੇਗੈਰਤ ਬੰਦਾ ਕੋਈ ਹਰ ਬੰਦੇ ਨੂੰ ਆਦਾ ਵੱਤੇ ਵਿਆਹ ਵੇਖੋ ਜੀ ਸ਼ਹਜ਼ਾਦੇ ਇੰਜ ਕੀਤਾ ਤੇ ਮਾਂ ਹੁਣ ਮੇਰੇ ਕੋਲ ਇੱਥੇ ਵਾ ਤੇ ਤੂੰ ਹੁਣ ਮਰਨਾ ਚਾਹਨਾ ਹੈ ਮਾਂ ਉਸ ਮਰਨਾ ਆਪਣੀ ਆਈ ਨਾਲ ਉਸ ਮਰਨਾ ਆਪਣੀ ਆਈ ਨਾਲ ਬਸ ਕਰ ਦਿਮਾਗ ਨਾ ਖਰਾਬ ਉਹ ਮੈਨੂੰ ਪਤਾ ਹੈ ਮੈਂ ਤੂੰ ਐਡਾ ਸਰਾ ਗੁੱਲਰ ਜਿਹੜਾ ਹਾਂ ਪਿਸਤੇ ਗੁੱਲਰ ਜਿਹੜਾ ਜੋ ਚਾਹ ਕੇ ਹਰ ਘਰ ਜਾਂਦੀ ਹੈ ਆਟਾ ਦੇ ਉਹ ਚਾ ਮੇਰਾ ਸ਼ਹਜ਼ਾਦ ਭੁੱਖਾ ਮੇਰਾ ਸ਼ਹਜ਼ਾਦ ਖਿਦਮਤ ਕਰਨੀ ਉਹਨਾਂ ਦੇ ਪੈਰ ਦਵਾਉਣੇ ਉਹਨਾਂ ਨੇ ਨਵਾ ਦਵਾ ਕੇ ਮੰਜੀ ਤੇ ਇਹ ਨਹੀਂ ਜੋ ਬੇਲੀਆ ਕੋਲ ਜਾ ਕੇ ਤਾਸ਼ ਖੇਡਣਾ ਮੈਨੂੰ ਪਤਾ ਹੈ ਮੈਂ ਕੀ ਕਰਨਾ ਸਮਝ ਲੱਗ ਗਈ ਮੈਨੂੰ ਬਹੁਤ ਹੀ ਮਤਾਂ ਤੇ ਸਮਝਾਵਣ ਨਾ ਮੈਂ ਤੇਰਾ ਚਾਚਾ ਨਾ ਮੈਂ ਚਾਚਾ ਸੱਦੀ ਤੇਰੇ ਵਰਗਾ ਤਾਂ ਬੇਗੈਰਤ ਬੰਦਾ ਕੋਈ ਨਹੀਂ ਤੇਰੇ ਵਰਗਾ ਤਾਂ ਲਾਂਤੀ ਬੰਦਾ ਕੋਈ ਨਹੀਂ ਨਾ ਤੇਰਾ ਇਸ ਜਹਾਨ ਕੋਈ ਜਹਾਨ ਹੈ ਨਾ ਕੋਈ ਅਗਲੇ ਜਹਾਨ ਤੇਰਾ ਕੋਈ ਜਹਾਨ ਸਮਝ ਆਈ ਉਹ ਤੈਨੂੰ ਤਾਂ ਕੀੜਿਆ ਖਾਵਣਾ ਤੂੰ ਚੰਨ ਵਰਗੀ ਮਾਂ ਨੂੰ ਮੇਰੇ ਕੋਲ ਪੁੱਛੋ ਕਮਲਾ ਅੱਜ ਕੋਈ ਥੋੜ੍ਹਾ ਜਿਹਾ ਠੁੱਡਾ ਮਾਰੇ ਤੇ ਮੈਨੂੰ ਮਾਂ ਯਾਦ ਆ ਜਾਂਦੀ ਅੱਜ ਮਾਂ ਜਿੰਦੀ ਹੁੰਦੀ ਲੱਖ ਦੀ ਲਾਨਾ ਤੇ ਤੇਰੀ ਜ਼ਿੰਦਗੀ 'ਤੇ ਉਹ ਤੂੰ ਬੁੜ ਕੇ ਹੀ ਨੂੰ ਮਰਦਾ ਉਹ ਜੇ ਤੂੰ ਨਿੱਕਾ ਜਿਹਾ ਹੁੰਦਾ ਉਹ ਮੰਜੀ 'ਤੇ ਸਮਝੀ ਆਏ ਜਿੱਥੇ ਤੂੰ ਪਿਸ਼ਾਬ ਕਰ ਛੁੜਦਾ ਉਹ ਆਪ ਸੁੰਨੀ ਜਗ੍ਹਾ 'ਤੇ ਸਮਝੀ ਆਏ ਅਤੇ ਤੈਨੂੰ ਸੁੱਕੀ ਜਗ੍ਹਾ 'ਤੇ ਉਹ ਤੇਰੇ ਜੇ ਬਾਲ ਨੂੰ ਤਾਂ ਬੰਦਾ ਗੁੱਟ ਕੇ ਮਾਰ ਛੁੜ ਵਾਹ ਮੇਰੇ ਅੱਲਾ ਮੈਨੂੰ ਤਾਂ ਬੇਔਲਾਦ ਰੱਖੇ ਤਾਂ ਚੰਗਾ ਮੈਂ ਠੀਕ ਹਾਂ ਮੇਰੇ ਅੱਲਾ ਮੈਂ ਬੇਔਲਾਦ ਠੀਕ ਹਾਂ ਕਿਉਂਕਿ ਇਹੋ ਜਿਹੀ ਔਲਾਦ 'ਤੇ ਲਾਨਾ 'ਤੇ ਜ਼ਿੰਦਗੀ 'ਤੇ ਹੈਂ ਵੱਡਾ ਯਾਰ ਖਲੋਂਦਾ ਨਾ ਆਈ ਕੌਣ ਤੁਸੀਂ ਜਨਾਬ ਅੱਜ ਕਿਹਦੇ ਉਹ ਦੋਏ ਸ਼ਾਹਜ਼ੂ ਨੂੰ ਕੋਈ ਨਹੀਂ ਵੇਖਿਆ ਸ਼ਾਹਜ਼ੂ ਨੂੰ ਮੈਂ ਤਾਂ ਕੋਈ ਨਹੀਂ ਵੇਖਿਆ ਮੈਂ ਤਾਂ ਉਸ ਤੋਂ ਪਿੱਛੇ ਦਿੱਤਾ ਉਹਨੂੰ ਸਲਾਮ ਹੀ ਕੋਈ ਨਹੀਂ ਯਾਰ ਇਹ ਸ਼ਹਜ਼ਾਦ ਮੈਂ ਜਿੱਥੇ ਟਕਰ ਗਿਆ ਹੋਈ ਨਾ ਹੁਣ ਮੈਂ ਜਿਹੜੀ ਇਹਦੇ ਨਾਲ ਕਰਨੀ ਹੈ ਜਹਾਨ ਪੂਰਾ ਵੇਖ ਸੀ ਗਿਆ ਅੱਛਾ ਬੋੜੀ ਹੋਇਆ ਬਈ ਸ਼ੋਹ ਦੀ ਗੱਲ ਹੈ ਬੰਦਿਆਂ ਆਖਣਾ ਬਈਆ ਤਾਸ਼ ਖੇਡੇ ਤੇ ਸ਼ਰੇ ਤੇ ਮਗਰ ਲੜ ਪਏ ਨਾ ਮੇਰਾ ਜੋ 2000 ਰੁਪਈਆ ਹੁਣ ਉਹ ਕੀਤੀ ਪਤਾ ਹੈ ਗੱਪੋ ਨੂੰ ਉਹ ਕਿਉਂ ਨਹੀਂ ਦਿੰਦਾ ਉਸ ਵੇਲੇ ਤਾਂ ਤੂੰ 6000 ਰੁਪਇਆ ਨਾ ਤੇ ਬਾਕੀ ਲੈ ਲੈ ਹੋਈ ਨਹੀਂ 2000 ਰੁਪਈਆ ਰਹਿੰਦਾ ਹਾਲਾ 2 ਮੈਥੂ ਹਰਿਆ ਤੂੰ ਬਾਕੀ ਛੱਡ ਅੱਜ ਬੜੀ ਚਾਸ ਆਈ ਹੈ ਕੀ ਤੂੰ ਕੀ ਸਮਝਿਆਈ ਮੈਂ ਮੁਬਸ਼ਰ ਨਾਲ ਲੜ ਕੇ ਵਾਗਿਓ ਮੇਰੇ ਨਾਲ ਪਿੱਛੇ ਤਾਸ਼ ਕਿਸੇ ਨੇ ਖੇਡਣੀ ਅੱਜ ਇੱਕ ਚੁੱਚਾ ਵਾਠੇ ਠਾਇਆ ਕਿਹੜਾ ਰਾਤ ਦੀਆਂ ਹੰਝੂ ਰਵਾਈਆਂ ਨਾ ਪਿਓ ਦੇ ਪਿਓ ਨੂੰ ਪਿੱਟਦਾ ਰਹਿ ਗਿਆ ਅਖੀਰੀ ਜਿਹੜਾ ਹੈ ਨਾ ਹੋਰ ਕਾਈ ਗੱਲ ਨਹੀਂ ਸਵਾਈ ਤਾਸ਼ ਖਿਲਾਰਦਾ ਬੇਈਮਾਨੀ ਜਾਗ ਉਠੀਂਦੀ ਆ ਬੇਈਮਾਨੀ ਕੀਤੀ ਆ ਹੋਰ ਕੀ ਹੈ ਇਹ ਉਸ ਤੂੰ ਜਾ ਕੇ ਪੁੱਛੀ ਮਾਇਆ ਮਨ ਸ਼ੇਰ ਨਹੀਂ ਮੁਬਸ਼ਰ ਆ ਬਸ ਕੀਤੀ ਗਾ ਹਲਾ ਉਹ ਟਕਰੀ ਨਾ ਉਹਨੂੰ ਆ ਕੇ ਮੇਰਾ 2000 ਰੁਪਈਆ ਦੇਵੇ ਉਹ ਯਾਰ ਉਸ ਤੋਂ ਪਿੱਛੇ ਨਾ ਮੈਂ ਕੋਈ ਉਹਦੇ ਨਾਲ ਸਲਾਮ ਦੁਆ ਰੱਖਣਾ ਤੇ ਨਾ ਮੈਂ ਕਾ ਜ਼ਰੂਰਤ ਹੈ ਉਹ ਗੱਲ ਸੁਣ ਮੇਰੀ ਚਲੋ ਉਹਦੇ ਨਾਲ ਤਾਂ ਜਿਹੜੀ ਹੋਣੀ ਆ ਉਹ ਹੋ ਗਈ ਪਰ ਅਸੀਂ ਤਾਂ ਯਾਰ ਬੇਲੀ ਆਏ ਨਾ ਜਿਹੜਾ ਬਾਹਰੂ ਹੋਰਾਂ ਪਰਾਂ ਛੋਰਾਂ ਨਾਲ ਖੇਡਣਾ ਜਿਵੇਂ ਅੱਗੇ ਇਕੱਠਿਆਂ ਬਹਿ ਕੇ ਖੇਡਦੇ ਆਸੇ ਤੂੰ ਵੀ ਦਿਲੋਂ ਕੱਢ ਥੋੜ੍ਹੀ ਜਿਹੀ ਕੀ ਹੋਇਆ ਤੂੰ ਮੈਨੂੰ ਕਰ ਲਈ ਗੱਲ ਮੈਂ ਉਹ ਜਿਹੀ ਤੈਨੂੰ ਕਰ ਲਈ ਉਹਦੇ ਵਿੱਚ ਝੂਠੀ ਕੇ ਜਾਵਣ ਵਾਲਾ ਤਾਂ ਤੋਕੀ ਨਾ ਬਣਦਾ ਅੱਜ ਤੂੰ ਪਿੱਛੇ ਰਲ ਕੇ ਆਪ ਖੇਡੇ ਕਰਸਾਂ ਹੋਰ ਪਰਾਂ ਕਿਸੇ ਨੂੰ ਵਾਹ ਨਹੀਂ ਸੀ ਦਿੰਦੇ ਚਲੋ ਠੀਕ ਹੈ ਮੋੜ ਆਜ ਅਜੇ ਗਦੇ ਬਣਨ ਤੇ ਮੂਡ ਆਈ ਤੇ ਜੱਟ ਖੇਡ ਲੈਂਦੇ ਆ ਕਿਹੜੀ ਸ਼ਾ ਨਮੂਨਾ ਕੋ ਕਿਸੇ ਦੇ ਤੂੰ ਨਹੀਂ ਉਹ ਵੀ ਬਣ ਕੇ ਗਿਆ ਤੂੰ ਆ ਕਮਾਲ ਕੀ ਬੁਏ ਡੇਟ ਕਿਟਸਾਂ ਜਾ ਕੇ ਪੱਕੀ ਗੱਲ ਜਿਹੜਾ ਮਲੇ ਉਹ ਹਰਾਮ ਦਾ ਹੋਵੇ ਤੂੰ ਤਾਂ ਕਨਫਰਮ ਹੈ ਪਿੱਛੋਂ ਮੈਂ ਹੀ ਹੋ ਜਾਸਾਂ ਜੇ ਮਾਲ ਗਿਆ ਹੁੰਦਾ ਹੋਰ ਬਾਜਾ
एक तो ये जुगता बो उम्र इंदा मैं तो इस तू हीरान हाँ भाई मैं बेली बेली करके मोड़ मनाइंदा वधाउना ये जुगता तू जानदा ही नहीं आए वेखा अज जे त्रै वेरी गदे ना बनाया ना तो मोड़ गल करी शादी हो जाए ना बंदा जलील ते तंग हो जाए कोई नहीं अजाब बंदा ले कल्ला बंदा गल सुन मेरी नेत बंदा बंदा जड़ा ना जिस जमया है उस मरना है जो घड़िया वो भजना है जिस बंदा जमदा है जाहिर शादी होंदी ते पूरा बंदा तां बनदा है पहले जिस बंदा कुआरा होंदा उस वेले छोरा च गिणींदा चगड़ा च गिणींदा जिवें अजकल तू चगड़ा च गिणिया होया केड़ी मेरी चगल सुनी मैं कितें छोर नहीं छेड़िया मैं चोरी कीती है ਕਿਹੜਾ ਗਲਤ ਹੈ ਸਮਾਂ ਕੀਤਾ ਇਹ ਦੱਸੋ ਮਹੱਲੇ ਦੇ ਵਿੱਚ ਮੇਰੀ ਦੱਸੋ ਕਿਸੇ ਉਲਾਮਾ ਮੇਰੇ ਘਰ ਦਿੱਤਾ ਮਾਂ ਪਿਓ ਪੜ੍ਹਾਈਂਦਾ ਲਿਖਾਈਂਦਾ ਕਿਸ ਵਾਸਤੇ ਲਿਖਾਈਂਦਾ ਮੈਂ ਸਾਡਾ ਬਹੁਤ ਸਮਝਦਾਰ ਹੋਵੇ ਮੈਂ ਟੁਰੇ ਹੁੰਦਾ ਕੋਈ ਅਗਾਂ ਮੁਸਤਕਬਲ ਬਣੇ ਨੌਕਰੀ ਹੁੰਦੀ ਹੈ ਕਿਸਮਤ ਨਾਲ ਤਮੀਜ਼ ਤਲੀਮ ਵੱਡੇ ਨਿੱਕੇ ਦੀ ਪਹਿਚਾਣ ਮਾਂ ਪਿਓ ਦੀ ਪਹਿਚਾਣ ਹੋਣੀ ਚਾਹੀਦੀ ਇਹ ਲਾਜ਼ਮ ਹੈ ਇੰਝੇ ਗੱਲ ਹੈ ਨਾ ਤੇ ਤੂੰ ਤਾਂ ਮੈਂ ਤਾਂ ਸੁਣਿਆ ਬਈ ਪੜ੍ਹਿਆ ਲਿਖਿਆ ਤੇ ਬਹੁ समझदार है तू तो बड़ी वड्डी चगल है की मतलब मैं को समझया नहीं उस आख्या पोतरो है वडेरे ते दोखो है परेड़े पर मैं लगदा है भाई परेड़े नहीं होए ओ मान जो धक्के ते सोए देंदा बना है ते ए दसो भाई ओ तू दा पोतर है ओ सो तैनू निके जाए नू अंगली फद के ते तैनू ਸਕੂਲੇ ਲੈ ਜਾਣਾ ਮੋੜ ਸਕੂਲੋਂ ਲੈ ਆਉਣਾ ਮੋੜ ਟਾਈਮ 'ਤੇ ਰੋਟੀ ਦੇਣੀ ਮੋੜ ਟਾਈਮ 'ਤੇ ਸਵਾਉਣਾ ਅਤੇ ਮੋੜੇ ਗੱਲ ਹੈ ਵੀ ਤੈਨੂੰ ਕੋਈ ਵੀ ਦਰਦ ਤਕਲੀਫ ਹੁੰਦੀ ਆ ਪਹਿਲੇ ਮਾਂ ਦੇ ਦਿਲ ਨੂੰ ਪਹਿਲੇ ਤਕਲੀਫ ਹੁੰਦੀ ਉਹ ਇਹ ਦੱਸ ਤੂੰ ਜੋ ਹੁਣ ਐਡੀ ਮੈਂ ਤਰਜੀਹ ਪੈ ਦੇਣਾ ਹੈ ਘਰ ਮੇਰਾ ਹੈ ਤੈਨ ਕਿਹੜੇ ਬੰਦੇ ਆਖਿਆ ਜੀ ਮੈਂ ਸਾਰਾ ਕੁਝ ਕਰੇ ਨਾ ਇਹ ਦੱਸ ਹੁੰਦਾ ਕੋਈ ਹਿਸਾਬ ਦੇ ਸਕਣਾ ਉਹਨੂੰ ਟਾਈਮ 'ਤੇ ਰੋਟੀ ਖਾਵਾਂ ਦਾ ਹਿਸਾਬ ਤੈਨ ਕਿਹੜੇ ਬੰਦੇ ਆਖਿਆ ਹਿਸਾਬ ਤੋਂ ਬਾਅਦ ਦੱਸ ਮੇਰੀ ਭੈਣੇ ਸੁਣ ਲਾ ਨਾ ਤੂੰ ਉਹਦਾ ਰੋਟੀ ਖਾਵਣ ਦਾ ਹਿਸਾਬ ਦੇ ਸਕਣਾ ਨਾ ਉਹ ਜਦੋਂ ਗਿੱਲੇ ਤੇ ਸੁਮਦੀ ਤੈਨੂੰ ਸੁੱਕੇ ਤੇ ਸੁਵੇ ਨਾ ਤੂੰ ਉਹ ਹਿਸਾਬ ਦੇ ਸਕਣਾ ਜਦੋਂ ਤੂੰ ਜੱਲੀ ਚੁਣਨਾ ਤੈਨੂੰ ਲੋਰੀਆਂ ਦਿੰਦੀ ਆ ਝੂਟੇ ਦਿੰਦੀ ਆ ਤੂੰ ਉਹ ਹਿਸਾਬ ਨੂੰ ਦੇ ਸਕਦਾ ਉਸ ਤੈਨੂੰ ਅੰਗਲੀ ਤੋਂ ਫੜ ਕੇ ਤੇ ਉਸ ਤੈਨੂੰ ਦੁਨੀਆ ਜਾਨ ਵਿਖਾਏ ਤੂੰ ਉਹ ਹਿਸਾਬ ਨੂੰ ਦੇ ਸਕਦਾ ਉਹ ਤੂੰ ਕੋਈ ਹਿਸਾਬ ਦੇ ਸਕਣਾ ਹੈ ਤੂੰ ਇਹ ਹਿਸਾਬ ਨੂੰ ਦੇ ਸਕਦਾ ਜਦੋਂ ਮਾਂ ਤੈਨੂੰ ਮਸੀਤਾ ਛੱਡ ਆਉਂਦੀ ਆ ਅਤੇ ਮਸੀਤ ਤੂੰ ਲੈ ਆਉਂਦੀ ਆ ਦੀਨ ਪੜਾਇਆ ਦੁਨੀਆ ਵਿਖਾਈਓ ਸੋ ਅਤੇ ਤੈਨੂੰ ਅੱਛੇ ਬੁਰੇ ਦੀ ਪਹਿਚਾਣ ਕਰਵਾਏ ਤੂੰ ਤਾਂ ਉਹ ਹਿਸਾਬ ਨਾਲ ਦਿਵਾ ਸਕਦਾ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਇਹ ਸਾਰੀਆਂ ਗੱਲਾਂ ਕੀਤੀਆਂ ਕਾਂ ਮੈਨੂੰ ਬੰਦਾ ਤਾਂ ਦੱਸ ਜਾਂ ਮੇਰਾ ਕੋਈ ਐਸਾ ਕੰਮ ਵੇਖੇ ਜਿਹੜੀਆਂ ਗੱਲਾਂ ਤੂੰ ਮੈਂ ਕੀਤੀ ਖੜਾ ਮੈਂ ਕੋਈ ਐਸਾ ਕੋਈ ਵੀ ਹਰਕਤ ਨਹੀਂ ਕੀਤੀ ਕੋਈ ਵੀ ਨਾ ਦੱਸਿਆ ਨਾ ਤਾਂ ਵੇਖਣ ਵਾਲੀ ਅੱਖੀ ਮੇਰੀ ਹੈ ਨਾ ਅੱਖੀ ਮੇਰੀ 'ਚੋਂ ਜੇ ਨਜ਼ਰ ਆਉਂਦਾ ਹੈ ਬੁਰੇ ਚੰਗੇ ਦੀ ਪਹਿਚਾਣ ਮੈਂ ਆਪ ਕਰ ਸਕਦਾ ਤੇਰੀ ਮਾਂ ਆਈ ਆ ਮੇਰੀ ਘਰ ਦੀ ਦਾ ਪਤਾ ਕਰ ਉਹ ਸ਼ੋਦੀ ਇਤਨਾ ਰੋਂਦੀ ਪਈ ਆਉਂਦੀ ਆ ਮੇਰੇ ਪੁੱਤਰ ਦੀ ਜ਼ਿੰਦਗੀ ਹੋਵੇ ਮੁੜ ਵੀ ਮਾਂ ਮਰੋਸੋ ਪੁੱਤਰ ਨੂੰ ਕੁਝ ਨਾ ਹੋ ਸੋ ਅਤੇ ਉਹ ਤੇਰਾ ਪੈਂਦੀ ਹੈ ਵੀ ਮੇਰੇ ਪੁੱਤ ਨੂੰ ਕੁਝ ਨਾ ਹੋਵੇ ਉਹ ਮੁੜ ਵੀ ਤੇਰੀਆਂ ਦੁਆਈ ਮੰਗਦੀ ਆ ਅਤੇ ਤੂੰ ਵੇਖ ਲਾ ਕੈਸਾ ਜੰਮਿਆ ਹੈ ਕੈਸੇ ਰੰਗ ਲਾਏ ਨਹੀਂ ਮਾਂ ਪਿਓ ਨੂੰ ਮਾਂ ਨੂੰ ਧੱਕੇ ਤਾਂ ਸੋਏ ਪੈ ਦੇਣਾ ਹੈ ਪ੍ਰੇਮੀ ਵਾਕਈ ਤੂੰ ਮੇਰੀ ਅੱਖੀ ਖੋਲ੍ਹ ਛੱਡੀਆਂ ਮੇਰੇ ਕੋਲ ਅਣਜਾਣੇ ਜਾਣੇ ਵਿੱਚ ਜੋ ਵੀ ਹੋਇਆ ਹੈ ਨਾ ਉਸ ਵਾਸਤੇ ਮੈਂ ਆਪਣੀ ਮਾਂ ਤੋਂ ਵੀ ਜਾ ਕੇ ਮਾਫ਼ੀ ਮੰਗਦਾ ਅੱਜੋ ਹੀ ਮੋਟਰ 'ਤੇ ਬਾਅਦ 'ਚ ਪਹਿਲੇ ਜਾ ਕੇ ਉਸ ਤੋਂ ਮਾਫ਼ੀ ਮੰਗਦਾ ਅਤੇ ਅੱਜ ਤੇਰੇ ਕੋਲ ਵੀ ਮਾਫ਼ੀ ਮੰਗਦਾ ਅਗਰ ਉਹ ਆਈ ਨਾ ਤਾਂ ਉਸ ਕਈ ਗੱਲ ਕੀਤੀ ਤਾਂ ਉਸ ਵਾਸਤੇ ਮੈਂ ਮਾਦਰਤ ਕਰਦਾ ਅਗਾਂਹਲਾ ਮੈਂ ਇਤਿਹਾਦ ਕਰ ਸਕਦਾ ਤੂੰ ਆਪ ਵੇਖ ਰਹੇ ਇਹ ਗੱਲ ਹੈ ਪੜ੍ਹਾਈ 'ਚ ਨਹੀਂ ਰਾਏ ਹੁੰਦਾ ਵੀ ਪੜ੍ਹੀ ਜਾਓ ਜਿਹੜਾ ਘਰ ਖਰਚਾ ਹੁੰਦਾ ਨਾ ਖਾਵਣ ਪੀਵਣ ਵਾਸਤੇ ਇਹ ਅੱਲਾ ਕਿਦੂ ਦਿੰਦਾ ਹੈ ਕਿਵੇਂ ਅਸੀਂ ਲੈਂਦੇ ਪਏ ਕਿਵੇਂ ਸਾਡਾ ਗੁਜ਼ਾਰਾ ਹੁੰਦਾ ਪਿਆ ਇਹ ਵੀ ਸੁਰ ਸਮਝ ਰੱਖਣੀ ਚਾਹੀਦੀ ਉਹ ਜਿਵੇਂ ਤੈਨੂੰ ਪੜ੍ਹਦੀ ਪਈ ਨਾ ਤੈਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਠੀਕ ਹੈ ਬੇਫਿਕਰ ਹੋ ਤੇ ਦਿੰਦਾ ਅੱਲਾ ਹੀ ਹੈ ਅੱਲਾ ਦੇ ਦਿੱਤਿਆਂ ਬੰਦਾ ਰਜਦਾ ਹੀ ਬੰਦੇ ਦੇ ਦਿੱਤਿਆਂ ਨੂੰ ਰਜਦਾ ਅਤੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਮਾਂ ਵਰਗੀ ਸ਼ਾਇਦ ਕੋਈ ਨਹੀਂ ਜੇ ਅੱਜ ਮੈਂ ਇਸ ਨੌਬਤ 'ਤੇ ਖੜੋਤਾ ਜਾਂ ਇੱਥੇ ਮੈਨੂੰ ਦੁਆਈ ਹੈ ਨਾ ਤਾਂ ਸਿਰਫ
मां दी दुआएं दुनिया ते ओ खुश नसीब बंदा जिंदी दुनिया ते मां जिंदा मेरी मां जिंदा है मेरी मां मेरे ने बहुत प्यार कर दी ते मैं भी उन्हें बहुत प्यार करदा शाला कह दिया मावन कोई दुख ना होवे मावन सौखी होवे ते मां वर्गी शायद काय नूं होंदी अम्मा तो चंगा नहीं किया मैंने इस महल्ले दे विच तो तुरन दा नहीं छड़िया जिहड़ा मैं तेरे नाल करना ना वो तू भी वेखस ते महल्ले वाले भी वेखसन गए लोगों ने कुजा जा के दसेंदी बनी कि मेरा पुत्र मैं जलील करता है तो मैं तंग करता है अगे मैं कुछ नहीं किया हूँ वेख मैं तेरे नाल की करे ना गल सुन हाँ जी मैं जिहड़ा ना हुण तेरी करवावी प्याला कटिंग मेरा पोतर लगे आज मेरा दिल हाई लेकिन बस तू आना नहीं अम्मी नहीं अम्मी मैं वाल कोई नहीं रखने जो कर लो क्यों ਅੰਮੀ ਸਿਰ ਨੂੰ ਪੀੜ ਚੜੀ ਜਾਂਦੀ ਹੈ ਤੇ ਇੰਜ ਗਰਮੀ ਜਾਈ ਪਤਾ ਕੋਈ ਨਹੀਂ ਨਾ ਮੈਂ ਅੱਲਾ ਦੇ ਅੱਗੇ ਨਾ ਦੁਆਵਾਂ ਕਰਦੀ ਹਾਂ ਅੱਲਾ ਸੋਹਣਿਆ ਇੱਕ ਧੀ ਤੇ ਇੱਕ ਪੁੱਤਰ ਦੇ ਚ ਠੀਕ ਹੈ ਅੱਲਾ ਪੁੱਤਰ ਦਿੱਤਾ ਪਰ ਧੀ ਤਾਂ ਮੁੜੋਂ ਤੈਨ ਮੱਕੀ ਦੱਸਾਂ ਵਿਚਲੀ ਗੱਲ ਮੈਂ ਨਾ ਧੀ ਬਣਾ ਲਿਆ ਕਰ ਮੈਂ ਨਾ ਪੁੱਤਰ ਬਣਾ ਲਿਆ ਮੈਂ ਠਰ ਜਾਵਾਂ ਮੇਰੀ ਕੰਬਲੋ ਦੀ ਕੰਬਲੋ ਕੱਪੜੇ ਵੀ ਲੈ ਦਿੱਤੇ ਪੁੱਤਰਾਂ ਨੇ ਵੀ ਲੈ ਦਿੱਤੇ ਅੱਛਾ ਪਰ ਨਾ ਵੀ ਸੱਟ ਸਾਂ ਕਦੀ ਛੂਰ ਨਾਲ ਤੇ ਕਦੀ ਛੋਹਰ ਨਾਲ ਇਹ ਵੀ ਹੋ ਸਕਦਾ ਨਹੀਂ ਮਧਰੂ ਮਧਰੂ ਕਿਹੜੇ ਡਰਾਮੇ ਕਰੇ ਨਾ ਕਿਹੜੇ ਡਰਾਮੇ ਕਰੇ ਨਾ ਕਦੇ ਕੁੱਤੇ ਆਏ ਕਿਹੜੇ ਕਿਹੜੇ ਕਿੱਥੇ ਇੱਥੇ ਦਾਣਾ ਨਿਕਲ ਗਿਆ ਹੋਇਆ ਤੇਰੇ ਪਿਓ ਨੂੰ ਵੀ ਹੱਥ ਲਾਵਣਾ ਤਾਂ ਉਹਨੂੰ ਕਿਦਾ ਇਹਨਾਂ ਕਿਤੇ ਦਾਣਾ ਨਿਕਲ ਆਉਂਦਾ ਗਾ ਤੈਨੂੰ ਵੀ ਨਿਕਲਿਆ ਹੋਇਆ ਹੁੰਦਾ ਖੈਰ ਹੈ ਮੇਰਾ ਪੁੱਤਰ ਅੱਬੂ ਤੂੰ ਗਾਲ ਯਾਦ ਆਈ ਪੂਰੀ ਪਤਾ ਨਹੀਂ ਕਿਤੇ ਵਾਗ ਜਾਂਦੇ ਮੈਨੂੰ ਇਹ ਸਮਝ ਨਹੀਂ ਕਿਤੇ ਜਾਵਣਾ ਸੋ ਆਦਾ ਮੇਰੀ ਇੱਕ ਮਾਂ ਹੈ ਤੇ ਮੈਂ ਮਾਲ ਜਾਣਾ ਤੇ ਮਾਂ ਨੂੰ ਮਿਲਣ ਜਾਣਾ ਰੱਬ ਜਾਣੇ ਓਕੇ ਹੀ ਮਾਂ ਹੈ ਤੇ ਕੀ ਆ ਨਹੀਂ ਜਦੋਂ ਪਰਨਿਆ ਜਦੋਂ ਮੈਨੂੰ ਨਾਲ ਚੱਕਰ ਚਲਾਇਆ ਵਾਸਤੇ ਨਿਕਾਹ ਕੀਤਾ ਸੋ ਦੁਆ ਦਾ ਅੱਗੋਂ ਪਿੱਛੋਂ ਕੋਈ ਵੀ ਕੋਈ ਨਹੀਂ ਹੁਣ ਇੱਕ ਮਾਂ ਵੀ ਗਈ ਸੋ ਤੇ ਉਹਦੇ ਨਾਲ ਵੀ ਗਈ ਸੋ ਆਵਾਂ ਪਹਿਲੇ ਕੋਈ ਨਹੀਂ ਰਿਸ਼ਤੇ ਹੁੰਦੇ ਜਦੋਂ ਸ਼ਾਦੀ ਸ਼ੁਦੀ ਹੋ ਜਾਂਦੀ ਨਾ ਉਸ ਵੇਲੇ ਬੜੇ ਰਿਸ਼ਤੇ ਨਿਕਲਦੇ ਤੈਨੂੰ ਹੁਣ ਪਤਾ ਲੱਗ ਗਿਆ ਬਤਾ ਇਹ ਦਾਦੀ ਵੀ ਹੈ ਜੀ ਆ ਦਿਲ ਕਰ ਕਰ ਰਹੇ ਅਸੀਂ ਮਿਲਣ ਕਾ ਨਹੀਂ ਦਿਲ ਨਹੀਂ ਪਤਾ ਨਹੀਂ ਉਹ ਰਹਿੰਦੇ ਕਿੱਥੇ ਨਹੀਂ ਉਹ ਕੀ ਨਿਜ਼ਾਮ ਹੈ ਪਤਾ ਨਹੀਂ ਹੈ ਸੁਣੀ ਸੱਕੀ ਆ ਬਣਾਈ ਹੋਈ ਹੈ ਸੋਹਣਾ ਲੱਗਦਾ ਪਿਆ ਮਾਸ਼ਾਅੱਲਾ ਮੇਰਾ ਤਾਂ ਪੁੱਤਰ ਪਤਾ ਨਹੀਂ ਸੱਕੀ ਵੀ ਹੈ ਸੁਈ ਬਣਾਈ ਹੋਈ ਹੈ ਸੁਮੈਂ ਤੇ ਵੀ ਕੋਈ ਨਹੀਂ ਪਤਾ ਆਵੇ ਗੱਲ ਸੁਣ ਅੱਜ ਮੈਨੂੰ ਜਿਹੜਾ ਨਾ ਦੁਕਾਨ ਤੋਂ ਜਿਹੜੀ ਨਹੀਂ ਹੁੰਦੀ ਬਰੀਕ ਇੰਡੀਆ ਦੀ ਘੱਗੀ ਉਹ ਲਿਆ ਕੇ ਦੇ ਮੈਨੂੰ ਬਹੁ ਜੂਆਂ ਪਈਆਂ ਖਲੋਤੀ 100 ਰੁਪਏ ਦੀ ਜਿੰਦੀ ਹੈ 100 ਦੀ ਆਉਂਦੀ ਆ 50 ਦੀ ਆਉਂਦੀ ਉਹ ਮੈਨੂੰ ਲਿਆ ਦੇ ਮੈਨੂੰ ਜੂਆਂ ਪਈਆਂ ਖਲੋਤੀਆਂ ਮੈਂ ਜ਼ਰੀ ਕੋ ਮਾਰਾਂ ਤੌਬਾ ਕਰੀਏ ਮੈਂ ਤਾਂ ਘਰ ਲਵੇ ਦੀ ਪਈ ਆ ਮੋਬਾਈਲ ਤੇ ਹਲਾ ਕੋਈ ਨਵਾਂ ਫਿਲਟਰ ਜਾਂ ਕੰਜਰ ਲਾਈ ਵਦੇ ਨਹੀਂ ਤੇ ਜੂਆਂ ਚ ਆਪ ਬਾਲਾਂ ਦੇ ਸਿਰੇ ਛੁੜੇਂਦੇ ਨਹੀਂ ਮੁੜਾਈਆਂ ਕਰਕੇ ਆਈਆਂ ਲੱਗੇ ਹੋਏ ਹੁੰਦੇ ਫਿਲਟਰ ਵਿੱਚ ਫਿਲਟਰ ਜਾਂ ਕੋਈ ਬਣਾਈ ਵਦੇ ਨੇ ਕੰਜਰ ਯਾਰ ਰੈਂਡ ਤੋਂ ਕਿਸੇ ਬੰਦੇ ਨਹੀਂ ਨਾ ਮੈਨੂੰ ਤਾਂ ਉਹ ਨਾ ਵੇਖ ਕੇ ਵਹਿ ਪਾਇ ਗਿਆ ਨਾਲੇ ਗੱਲ ਤਾਂ ਸੁਣ ਮੇਰਾ ਪੁੱਤਰ ਹਾਂਜੀ ਮੈਨੂੰ ਜਿਹੜੀ ਉਹ ਇੱਕ ਹੈ ਨਾ ਪੂੜੀ ਮਹਿੰਦੀ ਵਾਲੀ ਉਹ ਲਿਆ ਦੇ ਮੈਂ ਜ਼ਰੀ ਘਾਇ ਲਾ ਲਵਾਂ ਮੈਨੂੰ ਆ ਚਿੱਟੇ ਵਾਲ ਵਿੱਚ ਪਾਇ ਖਲੋਦਾ ਤਾਂ ਮੈਨੂੰ ਖੁਰਾਕ ਛੁੱਟੀ ਵਧੀ ਹੈ ਹਲਾ ਮੈਂ ਲਿਆਂਗੇ ਨਾ ਤੁਹਾਨੂੰ ਭਲੇ ਉਹ ਡੱਬੇ ਦਾ ਨਾਂ ਕੀ ਜਿਹੜੀ ਲਿਆਵਣਾ ਨਾਲੇ ਗੱਲ ਸੁਣ ਖੀਰ ਰਾਤੀ 11ਵੀਂ ਆਈ ਤੇ ਉਹ ਬਣਾਈ ਆਈ ਖੀਰ ਉਹਦੇ ਫਰਿੱਜ ਚ ਪਈ ਆ ਗਵਾੜੀਆਂ ਉੱਥੋਂ ਕੌਲੀ ਲਾ ਜਾ ਥੋੜੀ ਜਿਹੀ ਪਾ ਕੇ ਤੇ ਖਾ ਲੈ ਠੱਡੀ ਠੱਡੀ ਮੇਰਾ ਮੰਗ ਮੇਰਾ ਰੂਹ ਰਾਜ਼ੀ ਉਸੇ ਤੂੰ ਖਾਸੇ ਤਾਂ ਪਿਓ ਕਾਂ ਰੱਖੀ ਉਹ ਆਇਆ ਤਾਂ ਉਹਨ ਚ ਖਾਈਸਾ ਜ਼ਰੀ ਕਰ ਉਸ ਤੱਲਾ ਭਾਵੇਂ ਕੋਈ ਨਹੀਂ ਉਸਦੇ ਤਾਂ ਹੁਣ ਟਾਈਮ ਹੀ ਨਹੀਂ ਸੋ ਲੱਗਦਾ ਉਹ ਰਾਵਣ ਦਾ ਵੀ ਇੰਜ ਹੁਣ ਮਾਂ ਨੂੰ ਵੜ ਗਿਆ ਤੇ ਮਾਂ ਦੇ ਕੋਲ ਹੀ ਹਰ ਵੇਲੇ ਬੈਠਾ ਹੋਇਆ ਹੁੰਦਾ ਇਸੇ ਟਾਈਮ ਨਹੀਂ ਸੋ ਦਿਲ ਕਰਿੰਦਾ ਪਾ ਮੈਂ ਘਰ ਵੀ ਜਾਵਾਂ ਜਾਂ ਮੇਰਾ ਪੁੱਤਰ ਵੀ ਹੈ ਮੇਰੀ ਬੀਵੀ ਵੀ ਹੈ ਹਰ ਵੇਲੇ ਅੰਮਾ ਦਾ ਪਤਾ ਕਰ ਲਵਾਂ ਤੇ ਅੰਮਾ ਦਾ ਪਤਾ ਨਹੀਂ ਅੰਮਾ ਲਵਾਈਂਦਾ ਕਿਹਦੇ ਵਾਈਂਦਾ ਇਹ ਵੀ ਨਹੀਂ ਪਤਾ ਅੱਲਾ ਖੈਰ ਹੈ ਆਪੇ ਉਰਾਂ ਤਾਂ ਨਹੀਂ ਨਾ ਲਾਇਆ ਹੁੰਦਾ ਉਦਾਂ ਹੀ ਰੱਖੀ ਹੋਈ ਹੈ ਇਸ ਮੈਥੋਂ ਤਾਂ ਮੁੜੋ ਕਿਸੇ ਦੀ ਨਹੀਂ ਹੁੰਦੀ
कुछ भी हो जाए हो जाने तो हो जाने अपनी माँ को अपने आपे करे मैं इतों मुड़ो किसी दी खिदमत आउंदियां नहीं अल्लाह जिंदगी करे मेरा तो एक पुत्र है मसें इस दी करे सा इसे दा कुछ जुड़े हिस्सा बड़ा हिस्सा हुण नवें सांगे दे विचों निकल पाएन मेरा फलाना ते मेरा ढिमकाना इहदे नाल तुहानूं मैं पुछदा बिस्मिल्ला पुत्र बिस्मिल्ला शुक्र है तुम आया है किधे रहा है हुण ताई कोई नूं दिसया इतने दे हो गए किधे रहा पोत्रो मेरा दिल नहीं आता तेरे वेड़े आवण वास्ते इस गल दा तैनूं पता है क्यों की बणया पुत्र मैं की कीता है इस मल्ले दे विच टुरण दा तो मैं छड्या है हर बशर दे के तू जा के रुन्नी है ते मेरी बुराई की थी ऐसा की कीता है मैं तेरे नाल जेड़ा हर एक नु दस्ती बनी है मैं काई बुराई नहीं पोतर तेरे बारे की थी पर ये भी अम्मा की आख्या या तो मेरा पोतर मैं मरेंदा है तो मैं नु खर्चा नहीं देंदा मैं इंज कोई नहीं ओनु आख्या प्रेम मेनू मैं तो दी घर दी दा मेरी मां क्यों मेरी जिंदगी दे विच अजाब बनी हुई है तू क्यों जिंदगी दे विच अजाब बनी हुई है मर ते मगरू रहो पर आन जलील कीतो है इस वजह तू मैं तेरे घर कोई ना मुआमदा सिर्फ इना हरकतां दी वजह तू बे हर बंदा मैं डाक के गल करदा ही पोतर मैं ता ऐसा कोई भी नहीं काम कीता जेड़ा हर दा तो बकवास करदा पिया है की ओन मैं आख्या मैं ओनु कुछ भी नहीं आख्या प्रेमिन मैं की आख्या उस टाइम की आख्या आख्या नहीं आख्या हाया कोई पुरानी गल है नवी गल नहीं तू ते ले ना ला कोई मैं से गल ओनु कोई भी ना आख्या जरूरी नहीं समझा तैनू दसना भाई आके हुण मैं तैनू दसा ते तू नाल ओ भी गीत गाना शुरू कर दे मेरा पुत्र मैं छड़ गया तू सुन जाके शादी कर लई नाले क्यों मेरी जिंदगी का तो तमाशा बनाया मैं इस गल की समझ नहीं आती इस वाकई ही जो बंदा बुढ़ा हो जाए ना तो अकल बालों हो जाता तो तुसा बालों तो बदतर काम कितो है बस शुरू हो गए ये है हम रोवन वाले ड्रामे शुरू हो गए तो इंजे तू रोनी उसे जाके उस प्रेमी को भी मैं प्रेमी दी गल दी दा पता करन गई हां मां देखो रोनी काई नहीं ते ना मां कोई ऐसी गल कीती है पता नहीं उस टाइम की आख्या या की नहीं आख्या मैं उन ओए तू बाद आ मैं अपना बेड़ा मुंह ना मेरी मां भी खावी मैं हुन जाके अपनी सवानी दे नारासा ते उस अपने बाल नारासा मैं कदी भी नहीं तेरे बुए ते आवणा मर गई हूं ना ते तेरे मुंह ते भी कोई नहीं आवणा सवानी ते बच्चा जी आ पुत्र मैंने भी विखा च मैं भी उनन मेल लेसा जींदे जींदे मैं भी देख लेसा तेरी सवानी ते बच्चा भी मेरे पुत्र नु अल्लाह रंग लाया जो अल्लाह पुत्र दिता जिंदगी वो सो मेरी तो इज्जत रख लीए इस महल्ले दे विच हुण मेरी सवानी ते मेरी मेरे बाल दी इज्जत खराब कर से उन्होंने बिल जाके झोली कर के रोसे पीट से पे मेरी औलाद मेरे नाल लाया कीता कदी सोची भी ना ते नाले मेरी सवानी ते मेरा बाल ते मिलना ही नहीं चाहते नाले उन्होंने पता ही मैं की आख्या ते मेरा अगू पिछू कोई भी नहीं पोतर मुड़ बोल गया मां नु तू बोल गया मां नु मां जेड़े मेरे वास्ते चंगे किते ने मैं पता नहीं आज तू बाद मार भी गई ना तो तेरे मरे मुंह ते भी मैं कोई नहीं आवणा बस वाह अल्लाह सोणिया वाह केडा उका मैं पालिया मांग तांग के मुल्कां दे काम कार के ते आ औलाद च फायदा है जदों जवान हो जांदी मां प्यो दी आ इज्जत बणदी वाह मेरे अल्लाह सोणिया वाह पुत्र रोवे तो मावा सुखी हो जांदियां ओए अल्लाह वाह अल्लाह सोणिया वाह पुत्रा वाह तेरे ते उम्मीद ही ना जेड़ा तू कर गया मेरे नाल ए केड़े काम ते लगी होयो करमा लियो पड़या वाल जे निके लान दिस वास्ते दी परेशान हां मैं तो हैरान दाढ़ी निके ले आई हिम्मत है तुहाडी जेड़े इतने वाल बर्दाश्त कर वेंदे हो ਮਿੰਤਾ ਦੋ ਤਰਾ ਨਿਕਲਦੇ ਨੇ ਤੇ ਇਹਦੀ ਖਾਰਾ ਸ਼ੁਰੂ ਹੋ ਵੈਂਦੀ ਹੈ ਨਾ ਉਹ ਕਰਮਾਲੀਏ ਇਹ ਪਰਖ ਸੋਨੇ ਰੱਬ ਰੱਖੀਏ ਬ ਮਰੋਦ ਕਿਹੜਾ ਸਵਾਣੀ ਕਿਹੜੀ ਹੈ ਤੇ ਮਰੋਦ ਹੁੰਦਾ ਹੀ ਹੋਵੇ ਜਿਹਦੇ ਪਿੰਡ ਤੇ ਵਾਲ ਹੋਣ ਜਿਹਦੇ ਪਿੰਡ ਤੇ ਵਾਲ ਨਾ ਹੋਣ ਉਹ ਕਿਹੜਾ ਮਰੋਦ ਹੈ ਇਹ ਹੁਣ ਕਿਹੜੀ ਪਰਖ ਹੈ ਪਿੰਡ ਦੇ ਵਾਲ ਹੁਣ ਮੈਂ ਬੰਦਿਆਂ ਨੂੰ ਚੈੱਕ ਕਰੇਂਦੀ ਤਾਂ ਕਿਹੜੇ ਦੇ ਪਿੰਡ ਤੇ ਵਾਲ ਹੈ ਤੇ ਕਿਹੜਾ ਮਰੋਦ ਹੈ ਮੇਰੇ ਹੁੰਦੇ ਹੋ ਤੂੰ ਬੰਦੇ ਕੰਮ ਵੇਖ ਲੈ ਅੱਲਾ ਪਾਕ ਇੱਕ ਬਣਾਇਆ ਔਰਤ ਔਰਤ ਤੇ ਮਰਦ ਮਰਦ ਅੱਛਾ ਜੇ ਸੇਲੇ ਵਿੰਦਾ ਖੁੱਡੀ ਗਾਲੀ ਹੁੰਦੀ ਕਦੀ ਤਾਂ ਪਿਆਰ ਨਾ ਬੋਲਿਆ ਕਿਹੜਾ ਦੇ ਆਵਾਂ
ਜਦੋਂ ਤੁਸੀਂ ਮੁਹੱਬਤ ਨਾਲ ਆਖਣਾ ਅੱਛਾ ਠੀਕ ਹੈ ਜੀ ਜਿਹੜੀ ਗੱਲ ਤੁਸੀਂ ਪਿਆਂਦੇ ਹੋ ਅਜੇ ਤਾਂ ਮੁਹੱਬਤ ਕਾਹਨੀ ਦੇ ਪੁੱਤ 8 ਸਾਲਾਂ ਨਾਲ ਆਉਂਦਾ ਹੋਇਆ ਖਲਾ ਓਏ ਮੁਹੱਬਤ ਹੋਈ ਤਾਂ ਪਤਾ ਨਹੀਂ ਕੀ ਹੋ ਸੀ ਮੋੜ ਤਾਂ ਜੋੜੇ ਜੰਮਣ ਲੱਗ ਪਈ ਸੀ ਮੈਂ ਇੱਕ ਤੇ ਖੁਸ਼ ਹਾਂ ਤੂੰ ਜੋੜਿਆਂ ਦਾ ਨਾਂ ਹੀ ਲਾਓ ਤਾਂ ਚੰਗੀ ਗੱਲ ਹੈ ਮੈਂ ਵੀ ਤਾਂ ਇੱਥੇ ਖੁਸ਼ ਹਾਂ ਹੌਲੀ ਬੋਲੀ ਕਰ ਹੌਲੀ ਬੋਲੀ ਕਰ ਦਾ ਹੌਲਾ ਵੀ ਹੁੰਦਾ ਸ਼ੋ ਦਾ ਮੌਕੇ ਤੇ ਫੌਤ ਹੋ ਜਾਸੀ ਫਾਇਦਾ ਮੇਰੀ ਗੱਲ ਸੁਣ ਮੇਰੀ ਤੇਰੇ ਵਾਸਤੇ ਖੁਸ਼ਖਬਰੀ ਹੈ ਮੋੜ ਕੇ ਅੱਜ ਰਾਤ ਦੀ ਰੋਟੀ ਸੰਭਾਇ ਖਾਣੀ ਕਿਉਂ ਅਜੇ ਕਿਹੜਾ ਅੰਦਰ ਬਹਿ ਕੇ ਖਾਣੇ ਬਾਹਰ ਹੀ ਖਾਣੇ ਆ ਓਏ ਬਾਹਰ ਨਹੀਂ ਮਤਲਬ ਕਿਸੇ ਹੋਟਲ ਤੇ ਜਾ ਕੇ ਏ ਸ਼ੁਕਰੇ ਸਾਡੇ ਘਰ ਵਿੱਚ ਵੀ ਮੁਹੱਬਤਾਂ ਉਠੀਆਂ ਤੋਬਾ ਯਾ ਅੱਲਾ ਤੋਬਾ ਜਿਗਰਾ ਤੇਰੇ ਮਾਂ ਪਿਓ ਦਾ ਜਿਨ੍ਹਾਂ ਤੈਨੂੰ ਇਤਨਾ ਪਾਲ ਪੋਸ ਕੇ ਬਰਦਾਸ਼ਤ ਕਰਕੇ ਲਾਇਆ ਆਂਦਾ ਤੇਰਾ ਵੀ ਤਾਂ ਜਿਗਰਾ ਨਹੀਂ ਦਮ ਸਾਰੇ ਕੀਤੀ ਨੂੰ ਬੈਠਾ ਬਰਦਾਸ਼ਤ ਮੁਹੱਬਤ ਹੈ ਕੀ ਕਰੀਏ ਤੈਨੂੰ ਵੇਦਾ ਮੁਨਾ ਚੋਰੀ ਚੋਰੀ ਤੇ ਵੇਦਾ ਹੀ ਰਹਿ ਜਾਂ ਦੋ ਤਰੇ ਵਾਰੀ ਤੇਰੇ ਪਿਓ ਵੀ ਮੈਨੂੰ ਆਖਿਆ ਓਏ ਇੱਥੇ ਘਾਤ ਕੋਲ ਕੀ ਕਰੇਂਦਾ ਪਿਆ ਮੇਰੇ ਕੋਲ ਹੋਰ ਗੱਲ ਕਾਇ ਨਾ ਮੈਂ ਐਵੇਂ ਜੀ ਵੇਦਾ ਪਿਆ ਚੂਣ ਹੋਈ ਹੋਈ ਲੇਂਬੀ ਜੀ ਹੋਰ ਤਾਂ ਗੱਲ ਆਉਂਦੀ ਕਾਇ ਉਸ ਆਖਣਾ ਉਸ ਉਸ ਨੂੰ ਵੱਲ ਨਹੀਂ ਨਾ ਆਇਆ ਉਸ ਆਖਣਾ ਤੂੰ ਕਿਹੜੀ ਮਾਂ ਦੀ ਘਾਤ ਲਈ ਮਾਵਣੀ ਹੈ ਮੁੜ ਤੇ ਕਿਤਨੀ ਵਾਰੀ ਆਖਿਆ ਵੀ ਮਾਂ ਦਾ ਨਾਂ ਨਾ ਲਿਆ ਕਰ ਮੈਂ ਲੈਣਾ ਹੀ ਨਹੀਂ ਚਾਹੁੰਦੀ ਚੁੱਪ ਕਰ ਮੈਨੂੰ ਨਹੀਂ ਬਿਲਕੁਲ ਅੱਛਾ ਨਹੀਂ ਲੱਗਦਾ ਮੈਂ ਤੇਰੀ ਮਾਂ ਦਾ ਨਾਂ ਲੈਣਾ ਹੀ ਨਹੀਂ ਚਾਹੁੰਦੀ ਨਾ ਮੈਨੂੰ ਕੱਲ ਲੋੜ ਹੈ ਤੇ ਮੈਂ ਵੀ ਇਹੋ ਪਿਆ ਨਾ ਇਹਦੇ ਵੇ ਦਵਾਈਆਂ ਖਾ ਖਾ ਕੇ ਰੜੀ ਹੋਈ ਪਈ ਹੈ ਥੱਕਾ ਪਿਆ ਬੰਦਾ ਤੇ ਜ਼ਲੀਲ ਹੋਇਆ ਪਿਆ ਤੇ ਆਪ ਆਣੀ ਹੈ ਮੇਰੇ ਦੇ ਜਲਾ ਨੇ ਮੇਰੇ ਪਤਾ ਨਹੀਂ ਜਿਗਰੇ ਚ ਖਰਾਬੀ ਹੈ ਕੀ ਮਸਲਾ ਕੀ ਕਰੇ ਬੰਦਾ ਜ਼ਲੀਲ ਤੇ ਤੰਗ ਤਾਂ ਹੋਈ ਪਈਆਂ ਹੋਰ ਕੀ ਕਰਾਂ ਤੇ ਕਿਦੇ ਗਏ ਹੋ ਯਾਰ ਕਿਦੇ ਵੀ ਨਾ ਮੁ ਗਿਆ ਕਿਦਾਂ ਹੀ ਤਾਂ ਗਿਆ ਤਾਂ ਪਰੇਸ਼ਾਨ ਕਿਉਂ ਕੀ ਬਣੇ ਕੁਝ ਨਹੀਂ ਬਣਿਆ ਬਸ ਹੋਰ ਕੋਈ ਮਸਲਾ ਬਣਿਆ ਉਹ ਜਿਵੇਂ ਕਿਸੇ ਆਖਿਆ ਨਾ ਕਿੱਸਾ ਮੁਕਾ ਆਇਆ ਉਹ ਕੀ ਜਿਹਦੇ ਕੰਮ ਕਰਦਾ ਮੂੰਹ ਨਾਲ ਕਿੱਸਾ ਮੁਕਾ ਆਇਆ ਲੈ ਤਾਂ ਡਰਾਮੇ ਕਰਦੇ ਆ ਅਮਦਾਨ ਤੇ ਛੁੱਟੀਆਂ ਕਰੇ ਮੋੜ ਮਕਾਇ ਤੋਂ ਬਾਅਦ ਤੁਹਾਡੇ ਬੂਹੇ ਤੇ ਆ ਜਾਵਾਂ ਤਾਂ ਮੋੜੇ ਹਾਂ ਤੋਂ ਆਖ ਮੈਂ ਅੱਜ ਤੋਂ ਪਿੱਛੇ ਆਉਣਾ ਹੀ ਕੋਈ ਨਹੀਂ ਉਹ ਤੇ ਹੋਰ ਹੀ ਆਖਣਾ ਹੋਰ ਮੈਂ ਕੀ ਆਖਾਂ ਮੋੜ ਹੁਣ ਕੰਮ ਨਹੀਂ ਕਰਨਾ ਤੇ ਕਰਨਾ ਕੀ ਹੈ ਇਹ ਵੀ ਜ਼ਰਾ ਮੈਨੂੰ ਦੱਸ ਚ ਅੱਲਾ ਹੋਰ ਦੇ ਸਵਾਬ ਬਣਾ ਦੇ ਸੀ ਪੈਦਾ ਅੱਛਾ ਜੀ ਅੱਲਾ ਹੋਰ ਦੇ ਅੱਜ ਉਸ ਖੁਸ਼ੀ ਦੇ ਵਿੱਚ ਬਾਹਰ ਦਾ ਸਾਈ ਵੇਖ ਇੱਕ ਸ਼ੀਸ਼ਾ ਤਾਂ ਲਿਆ ਨਾ ਹੋ ਸਕਦਾ ਇਸ ਨੂੰ ਮੈਂ ਨਾਪ ਕੇ ਤੇ ਬੈਠੀ ਹੋਣੀ ਆ ਕੋਈ ਇੱਕ ਘਰ ਦੇ ਵਿੱਚ ਛੱਡੇ ਹੋਵੇ ਤਾਂ ਯਾ ਕਾਵੜ ਚੜਨੀ ਸ਼ੀਸ਼ਾ ਹੱਥ ਚ ਹੁੰਦਾ ਤੇ ਕਾਟ ਯਾ ਕਾਵੜ ਚੜਨੀ ਮੈਂ ਤਾਂ ਬਸ ਇਹੀ ਬਚਣੇ ਨੇ ਮੇਰੇ ਘਰ ਵਾਸਤੇ ਤਾਂ ਟੋਂਡੀ ਸਾਡੇ ਘਰ ਕਾਪ ਦੀ ਡੰਡੀ ਕਾਇ ਨਹੀਂ ਤੋ ਛੱਡੀ ਕਾਵੜ ਚ ਉਹ ਵੀ ਤੋ ਐਂ ਪਾਵੇ ਦੇ ਉੱਤੇ ਕੀ ਆਖੇ ਇਹ ਚਾਹ ਇਹ ਨਹੀਂ ਪਕਦੀ ਦੜਾਲ ਹੋ ਗਈ ਤੁਸੀਂ ਪਕਾਈਂਦੇ ਰਹਿੰਦੇ ਹੋ ਨਹੀਂ ਇਹ ਗੱਲ ਤਾਂ ਦੱਸੋ ਲਾ ਬਾਂ ਤਾਂ ਬਾ ਮੇਰੀ ਬਾਂ ਨੂੰ ਐਡੀ ਪੀੜੇ ਨਾ ਸੱਚੀ ਰਾਤੀ ਤੇਰੇ ਪੁੱਤਰੋ ਤਮਾਸ਼ਾ ਲਾ ਕੇ ਅੰਮੀ ਹੁਰਾ ਬੋਤਲ ਨਾਲ ਖੇਡੀਏ ਉਹ ਮੈਂ ਲੱਗੀ ਰਹੀ ਹਾਂ ਬੋਤਲ ਖੇਡੀ ਐਡਾ ਕੂੜਾ ਹੀ ਆ ਕੰਜੋਰ ਭਜਾ ਭਜਾ ਕੇ ਮੇਰੀ ਰੜੀ ਛੱਕਣੀ ਸੋ ਦਾ ਮਰਿੰਦਾ ਆਈ ਆ ਮੈਨੂੰ ਮੈਨੂੰ ਆਦ ਆਈ ਆ ਇਦੂ ਹਜੇ ਨਹੀਂ ਲੱਗੀ ਅਜੇ ਨਹੀਂ ਲੱਗੀ ਪੋਹ ਤੇ ਰੇੜ ਕੇ ਮਰਿੰਦਾ ਐਸੇ ਆਪਸ ਦੀ ਗੱਲ ਇਹਨਾਂ ਚੋਂ ਪੰਜਾਂ ਗੱਲਾਂ ਦੇ ਵਿੱਚ ਤੂੰ ਮੇਰੀ ਬਿਜ਼ਤੀ ਕੀਤੀ ਉਹ ਮੇਰਾ ਪੋਤਰੇ ਮਤਲਬ ਮੈਂ ਵੀ ਕੰਜੂਰ ਹਾਂ ਤੂੰ ਹੁਣ ਕੰਜਰਾਂ ਪਰ ਨਹੀਂ ਹੋਈ ਮੈਂ ਕੰਜਰ ਦਾ ਬੱਚਾ ਤਾਂ ਨਹੀਂ ਆਖਿਆ ਮੈਂ ਆਖਿਆ ਕੰਜੂਰ ਆਖ ਤਲੇ ਦੱਸਦੇ ਦੱਸਦੇ ਗੱਲ ਤਾਂ ਤੂੰ ਕਰ ਲੈ ਉਹ ਤੋਂ ਇਹ ਆਖਿਆ ਤਾਂ ਤਾਂ ਆਖਿਆ ਮੈਂ ਤਾਂ ਸਿਰਫ ਕੰਜੂਰ ਅਗਰ ਕੰਜਰ ਦਾ ਬੱਚਾ ਤੁਸੀਂ ਸਮਝੀ ਬੈਠੇ ਹੋ ਹਾਲੇ ਬਸ ਇੱਕ ਗੱਲ ਕਰਾਂ ਚੱਲ ਕੋਈ ਗੱਲ ਨਹੀਂ ਛੋੜ ਪਰਾਂ ਦੋ ਕਰ ਲਾ ਨਹੀਂ ਰਾ ਦੱਸ ਨਾ ਛੱਡ ਪਰਾਂ ਕੀ ਹੈ ਉਹ ਗੱਲ ਕਰ ਅਗਰ ਇੱਥੇ ਕੋਈ ਬੰਦਾ ਵੀ ਆਵੇ ਮੇਰਾ ਪੁੱਛੇ ਉਹਨੂੰ ਆਖਣਾ ਮੈਂ ਵੱਧਾ ਵੀ ਹੋਵਾਂ ਤਾਂ ਆਖਣਾ ਕੋਈ ਨਹੀਂ ਵੱਧਾ ਇਹ ਤੇਰੇ ਜ਼ਿੰਮੇ ਹੀ ਕੋਈ ਚੋਰੀ ਹੋਈ ਉਹ ਨਹੀਂ ਚੋਰੀ ਨਹੀਂ ਹੋਈ ਹੋ ਸਕਦਾ ਕੋਈ ਆ ਵੀ ਜਾਵੇ ਕੀ ਪਤਾ ਤੂੰ ਆਖਣਾ ਵੱਧਾ ਵੀ ਹੋਵਾਂ ਤਾਂ ਕੋਈ ਨਹੀਂ ਵੱਧਾ ਅੱਛਾ ਕੀ ਬਣੇ ਬਾਹਰ ਤੋਂ ਸਮਾਨ ਹੀ ਆਈ ਅੰਨੀ ਹੈ ਉਹਨਾਂ ਦੇ ਲੋਕ ਇੱਥੇ ਖੌਫ ਹੁੰਦਾ ਨਹੀਂ ਲੱਗਦਾ ਜਿਵੇਂ ਬੱਚੇ ਚਾਵਣ ਵਾਲੀ ਹੈ ਓਏ ਹਾਂ ਜੋ ਤੇ ਤੈਨੂੰ ਆਖਿਆ ਕਿ ਆ ਤੂੰ ਬਾਹਰ ਜਾ ਤੇ ਕਿਦੇ ਮੈਂ ਖੇਡਦਾ ਹੁੰਦਾ ਮੂੰ ਬੰਡੇ ਦਾ ਕਿਵੇਂ ਅੰਨੀ ਮਤਲਬ ਦਿਸਦਾ ਕੋਈ ਨਹੀਂ ਸੁਣ ਇੱਕ ਅੱਖ ਲੁਕਾਣੀ ਹੈ ਸ਼ਹਿਜ਼ਾਦ ਦਾ ਨਾਂ ਲੈਂਦੀ ਪਈ ਤੇਰਾ ਅੱਬੂ ਵਧਾ ਜਾਂਦੇ ਸ਼ਹਿਜ਼ਾਦ ਵਧਾ ਪੋਤਰ ਮਾਂ ਤਾਂ ਡਰ ਦੇ ਮਾਰੇ ਹੋਰ ਆ ਗਏ ਮੈਂ ਕਿ ਤੈਨੂੰ ਕਿਉਂ ਨੂੰ ਕਿਵੇਂ ਪਤਾ ਬਤੂ ਉਹਦਾ ਪੋਤਰ ਹੈ ਪਤਾ ਨਹੀਂ ਅੱਛਾ ਉਹ ਸੋਝ ਸਮਝੋ ਸੀ ਬੇ ਬਾਲ ਹੈ ਤੇ ਉਸ ਤੋਂ ਪੁੱਛਣੀ ਹੈ ਮੈਂ ਚੈੱਕ ਕਰੇ ਨਹੀਂ ਹੈ ਕੌਣ ਹੈ ਜਿਹੜੀ ਸ਼ਹਿਜ਼ਾਦ ਨੂੰ ਪੁੱਛਦੀ ਪੁੱਛਦੀ ਇਹ ਕਾਈ ਆ ਜਿਹੜੀਆਂ ਵਧੀਆਂ ਆਉਂਦੀਆਂ ਨੇ ਜਾਸੂਸ ਕਾਈ ਉਹ ਨਾ ਹੋਵੇ ਮੈਂ ਇੰਨੇ ਵੇਦੀ ਰਵਾਂ ਤੇ ਉਹ ਨਾ ਹੋਵੇ ਕਿ ਸ਼ਹਿਜ਼ਾਦ ਨੂੰ ਕਾਈ ਵਿਲੈਂਦੀ ਤੇ ਜਾਂਦੀ ਰਵੇ ਮੈਂ ਵੀ ਪਿੱਛੋਂ ਜਾਣਾ ਨਹੀਂ ਹੋਣਾ ਤੇ ਮੈਂ ਤੂੰ ਤਾਂ ਨਿਕਲੇ ਬੰਦਾ ਪਾਤਰਾ
मैं पहले यकीन है जैसे मेरे पुत्र में दस्या ना हूँ इतने की करना आई है मेरे मगर पुत्र मेरे को नहीं बर्दाश्त होया मैं सुनया मेरा पोतरा तो नौ है मैं आख्या उन्होंने मेले तो तेन मेरे घर का पता कह दसिया मैं बस पूछ दी दस दी आ गई हाँ तो उन्हें आख्या इतने रहा भला सोहना घर बनाया लिया मेरे पोत्र ता हाँ इस हूँ तेरा साया ना पै जाए पोत्र इंदिया नहीं गल्ला माँ प्यो नाल करी दियाँ इस तू पहले इतने मेरे बूए देखे तमाशा बने चुप चाप मेरे इत नजर तू दूर हो जा तो मेरे घर तू भी दूर हो जा तू पोत्र और मैंने गल तो सुन पोत्र इंज नहीं माँ प्यो नाल करी मैं तो राजी हुई अल्लाह सोने तेन घर भी दिता पुत्र भी दिता घर दे भी चुप चाप मेरी नजर तो दूर हो जा और हो मैं धक्के मार के तेन कढ़ना पवे समय लग गई रात मच्छर मरिया चाट मारिया हेलो और बाजे बो थोड़े ने गल करनी और छड्डो काए लोड बाहर जावन की बाहर के मस सुत्ती पई ने केई मासी पता नहीं का दो तो अब छोड़ मेरी गल तो मेरे कपड़े तक काट अबू जी आ के देखो तो सही कोई मजाक बनाए करे आ देखो ना मासी और चले सुत्ते बाहर आंटी उतो उठ के चल जा ले तू आओ रात है बेश जा तो छोड़ ना इसे तो नहीं पियाना भी तमाशा ना बने और बाजिया तू पूरा में ना हाथ की कशा ही ने उम्मीद कर दिया तू ठीक हो से मेरे जिसम दे विच कैंसर इतना ज्यादा फैल गई है कि मैं शायद हुण ना बच सका एक जिंदगी दे विच बहुत वड्डा राज तैथों छुपाया है जड़ा मैं तैनू दसना चाहती हाँ मूँ न जाने मैं सोचा तू मैनू दोबारा लभसें ना लभसें मैं तेरे घर वास्ते निकली हाँ कि मैं आज तेरा घर ढूंढ के रहना मेरा पुत्र अल्लाह तैनू तत्ती हवा भी ना लवावे रब ना करे जो मेरे नाल होया है वो तेरे नाल होवे मेरी अख तू सारी जिंदगी नफरत करण आला और मेरा मजाक उड़ावण आला मेरा पुत्र शहजाद एक बहुत वड्डी सच्चाई है जड़ी मैं तेथों छुपाई आई सच तो यह है कि तू मेरे पेट का जमया ही नहीं तू मेरा पुत्र ही नहीं मेथे कोई औलाद नहीं मैं किसे कोलों बच्चा चाहिया ही वो तू मेरा पुत्र शहजाद है मैं बेशक तेन अपने पेट चू नहीं जाया लेकिन मैं तेनू जाया तू घट प्यार भी नहीं किया बचपन तेरा एक्सीडेंट होवन की वजह नाल तेरा एक अख आना यानी निकल गया विचों उस वक्त डॉक्टर ये आख्या अगर इसनू फौरी कोई अख देवे तो ठीक हो सकता है मैं बदकिस्मत मैं कड़मी तेरी माँ अपनी अख का ऑपरेशन करा के तैनू लवा सट्टी ताकि मेरा पुत्र दोवें अखी नाल वेखे सच तो यह मेरा पुत्र मैं तेनू कदी भी ना मुंह दसना चाहती पर मैं अपनी इतनी मजबूर हो गई हाँ माँ की ममता आलू कि तू बिल्कुल मेरे को ना रहना चाहता तेरी माँ शहजाद हो सके तो माफ कर दे शहजाद तेरी मां है ते तू इसनू धक्के मार के लड़ के जांदा पिया तेनू शर्म नहीं आई तेनू गैरत नहीं आई तेरी मां तेरे चाह उसनू बंदे साथ इसनू मंजी ते घात है इस काबिल हो जे उनू हाथ लावा ता सारी जिंदगी में दा दिल दुखा है मर गई है शहजाद ए मर गई मां ओए अम्मी अम्मी मर गई अम्मी की कॉल शहजाद ਮੇਰੀਆਂ ਉਹਦਾ ਗੱਲਾਂ ਤੈਨੂੰ ਬੈੜੀਆਂ ਲੱਗੀਆਂ ਹਨ ਤੈਨੂੰ ਆਖਿਆ ਮਾਂ ਤੂੰ ਵੱਡਾ ਰਿਸ਼ਤਾ ਪਾ ਕੋਈ ਨਹੀਂ ਹੁੰਦਾ ਉਦੋਂ ਮੈਂ ਤੈਨੂੰ ਕਿਹੜੀਆਂ ਮਿੰਤਾਂ ਤਰਲੇ ਕਰਿੰਦਾ ਮੂੰ ਓਏ ਹਾਲ ਉਹ ਗੱਲ ਆ ਜਾ ਗਈ ਨਾ ਉਹ ਤੂੰ ਮਾਂ ਤੂੰ ਇੱਕ ਅੱਖ ਦੀ ਵਜ੍ਹਾ ਤੂੰ ਨਫ਼ਰਤ ਕੀਤੀ ਹੋਈ ਆ
ਤੂੰ ਸਾਡੇ ਨਾਲ ਝੂਠ ਬੋਲੀ ਰੱਖਿਆ ਕਿ ਮੇਰੇ ਅੱਗੋਂ ਪਿੱਛੋਂ ਕੋਈ ਨਹੀਂ ਹੈ। ਸਾਡੇ ਕੋਲੋਂ ਪੁੱਛੋ ਜਿਨ੍ਹਾਂ ਦੀ ਮਾਂ ਜ਼ਿੰਦਾ ਵੀ ਹੈ ਤਾਂ ਵੀ ਇਤਨਾ ਦੱਸਦਾ ਕਿ ਸਾਥ ਤੂੰ ਕੋਈ ਗਲਤੀ ਨਾ ਹੋ ਜਾਵੇ ਕਿ ਅਸੀਂ ਮਾਂ ਦੀ ਪਕੜ ਵਿੱਚ ਆ ਜਾਈਏ। ਬਹੁ ਜ਼ਾਲਿਮ ਹੈ ਤੂੰ ਅੰਮੇ तू अपनी मां की नहीं कदर कर सकता, तू मेरी अपने बच्चे की की करनी है? नहीं शहजाद, ते जे मर्द नाल मेरा नहीं गुजारा हो सकता और मैं नहीं चाहती ਕਿ ਤੂੰ ਕੱਲ ਨੂੰ ਮੇਰੇ ਬੱਚੇ ਨੂੰ ਇਸ ਸਕੂਲ ਤੇ ਲੈ ਕੇ ਆਵੇਂ। ਨਹੀਂ ਅਲੀਆ, ਬਸ ਅਲੀਆ ਮੇਰੀ ਗੱਲ ਤੇ ਸੁਣ, ਅਮਾ ਮੇਰਾ ਸਾਰਾ ਕੁਝ ਬਰਬਾਦ ਹੋ ਗਿਆ, ਸਾਰਾ ਕੁਝ ਬਰਬਾਦ ਹੋ ਗਿਆ ਪ੍ਰੇਮੀ। ਬਸ ਕਰ ਦੇ, ਮੋਹਿਆਂ ਨੂੰ ਕਿਹੜੇ ਵਾਸਤੇ ਹੁੰਦੇ ਨੇ ਤੇ ਮੋਹਿਆਂ ਨੂੰ ਕਿਹੜੇ ਤਰਲੇ ਹੁੰਦੇ ਨੇ। ਖਤਮ ਹੋ ਗਈ ਕਹਾਣੀ, ਖਤਮ ਹੋ ਗਈ। ਇੰਨਾ ਗਲਤ ਮੈਂ ਰਹਿੰਦਾ ਮੂੰ, ਤੈਨੂੰ ਮਿੰਨਤਾਂ ਤੇ ਤਰਲੇ ਕਰਦਾ ਮੂੰ। ਉਹ ਮਾਵਾਂ ਨੂੰ ਲੱਭਦੀਆਂ, ਹੁਣ ਮਾਵਾਂ ਨੂੰ ਲੱਭਦੀਆਂ, ਹੁਣ ਗਲੀਆਂ 'ਚ ਲੱਭਦਾ ਵਾ ਤੋਂ, ਬਾਜ਼ਾਰਾਂ 'ਚ ਲੱਭਦਾ ਵਾ ਤੋਂ, ਇਸ ਕੈਨਾਤ ਦੇ ਵਿੱਚ ਲੱਭੋ। ਮਾਂ ਮੇਰੀ ਕਿਤੇ ਗਈ? ਚਲੀ ਗਈ, ਬਸ ਇਤਨਾ ਕੁਝ ਆ। ਅੱਗੇ ਤਾਂ ਮੈਨੂੰ ਮਾਫ਼ ਕਰ ਦੇਵੇਂ, ਕਰਸੀ ਹੁਣ ਮਾਫ਼ ਤੇ ਮਾਫ਼।